देश दुनिया च वसदे पंजाबियों नूं जी आया। मैं हरजिंदर सिंह रंधावा, तुसीं देख रहे हो पंजाब टैलीविजन, और मेरे नाल ने राजीव भास्कर। भास्कर जी, जी आया। बहुत बहुत शुक्रिया रंधावा जी। भास्कर साहब, अज पंजाब दे मुख मंत्री कैप्टन अमरिंदर सिंह अचनचेत पंजाब दे राजपाल कोल पहुंच जांदे आ, और क्या सराइयां इह लाईयां जा रहियां सी कि किते पंजाब वजारत दे रद्दोबदल नूं लै के कोई गलबात होई जां केंद्र दा कोई खास सुनेहा कैप्टन अमरिंदर सिंह लई वाया राजपाल आया, जां कैप्टन अमरिंदर सिंह कोई खास संविधानक नियुक्ति लई गवर्नर नूं मिले। पूरा दिन कई तरह दीआं कंसोआं अगे वधदीआं रहीआं। दूजे बन्ने सरदार बलवंत सिंह रामू वाली आ बड़ी मुश्किल दे विच शाम नूं अपने आप नूं प्रेस दे सामने पेश कर रहे सीगे, जिथे उन्हां दी धी दा बीजेपी च शामिल होना उन्हां लई इक सदमा है। ਇਹ ਇਹਦੇ ਉੱਤੇ ਗੱਲ ਕਰਾਂਗੇ ਕਿ ਰਾਮੂ ਵਾਲੀਆ ਦੀ ਇਹ ਤਕਲੀਫ ਨੂੰ ਕਿਵੇਂ ਲਿਆ ਜਾ ਸਕਦਾ। ਤੀਜਾ ਸਵਾਲ, ਸਰਦਾਰ ਪ੍ਰਕਾਸ਼ ਸਿੰਘ ਬਾਦਲ ਦੇ ਦਮਾਦ ਤੇ ਸਰਦਾਰ ਪ੍ਰਤਾਪ ਸਿੰਘ ਕਹਿਰੋਂ ਜਿਹੜੇ ਕਿ ਸਵਰਗੀ ਨੇ, ਸਾਬਕਾ ਮੁੱਖ ਮੰਤਰੀ ਨੇ, ਉਹਨਾਂ ਦੇ ਪੋਤਰੇ ਆਦੇਸ਼ ਪ੍ਰਤਾਪ ਸਿੰਘ ਕਹਿਰੋਂ ਅੱਜ ਕੱਲ੍ਹ ਮਾਝੇ 'ਚ ਬੈਠੇ ਆ। ਅਕਾਲੀ ਦਲ ਦੀ ਰਾਜਨੀਤੀ ਵਿੱਚ ਆਦੇਸ਼ ਪ੍ਰਤਾਪ ਸਿੰਘ ਕਹਿਰੋਂ ਆਪਣੇ ਆਪ ਨੂੰ ਇੱਕ ਵੱਡੇ ਲੀਡਰ ਵਾਂਗ ਅੱਗੇ ਵਧਾ ਰਹੇ ਆ। ਪਾਰਟੀਆਂ ਦੇ ਅੰਦਰ ਸਭ ਅੱਛਾ ਨਹੀਂ, ਸਿੱਧੂ ਔਰ ਕੈਪਟਨ ਅਮਰਿੰਦਰ ਸਿੰਘ ਦੇ ਵਿੱਚ ਵੀ ਜਿਹੜੇ ਸਮੀਕਰਨ ਨੇ ਉਨੇ ਸਖਾਵੇਂ ਨਹੀਂ। ਇਹ ਸਾਰੀ ਜਿਹੜੀ ਕਵਾਇਦ ਆ ਇਹ ਤੂਫਾਨ ਤੋਂ ਪਹਿਲਾਂ ਵਾਲੀ ਹੈ ਜਾਂ ਤੂਫਾਨ ਤੋਂ ਬਾਅਦ ਵਾਲੀ ਆ? ਲੇਕਿਨ ਜੇਕਰ ਇੱਕ ਖਬਰ ਭੱਜੀ ਫਿਰਦੀ ਰਹੀ ਤੇ ਉਹ ਇਹ ਖਬਰ ਸੀ ਕਿ ਇਹ ਪੋਲੀਟੀਸ਼ੀਅਨ ਜਿਨ੍ਹਾਂ ਨੂੰ ਪੰਜ ਪੰਜ ਤਾਂ ਪੈਨਸ਼ਨਾਂ ਮਿਲਦੀਆਂ ਕਈਆਂ ਨੂੰ, ਔਰ ਜਿਹੜੇ ਹੁਣ ਵੀ MLA ਨੇ, ਸਿਟਿੰਗ MLA ਆ, ਉਹ ਆਪਣਾ ਟੈਕਸ ਤੱਕ ਅਦਾ ਨਹੀਂ ਕਰਦੇ। ਫਿਰ ਵੱਡੇ ਵੱਡੇ ਚਿਹਰੇ, ਵੱਡੇ ਵੱਡੇ ਚਿਹਰੇ ਜਿਹਨਾਂ ਕੋਲ ਪੈਸੇ ਦੀ ਕਹਿੰਦੇ ਕੋਈ ਕਮੀ ਨਹੀਂ, ਉਹ ਜਦੋਂ ਭਾਸਕਰ ਸਾਹਿਬ ਜਦੋਂ ਕਿਧਰੇ ਚੋਣ ਕਮਿਸ਼ਨ ਦੇ ਅੰਕੜੇ ਵੇਖੀ ਦੇ ਜਿਹੜੇ ਫਾਰਮ ਭਰੇ ਜਾਂਦੇ ਆ, ਕਈ ਤਾਂ 100-100 ਕਰੋੜ ਟੱਪ ਗਏ। ਖੈਰ ਇਹ ਤਾਂ ਅੰਕੜੇ ਉਹ ਹੁੰਦੇ ਆ ਜਿਹੜੇ ਨਸ਼ਰ ਹੁੰਦੇ ਆ, ਕੁਝ ਅੰਕੜੇ ਐਸੇ ਵੀ ਹੁੰਦੇ ਆ ਜਿਹਨਾਂ ਦਾ ਜ਼ਿਕਰ ਛਿੜਦਾ ਰਹਿੰਦਾ। ਖੈਰ ਮੈਂ ਮੁੜ ਕੇ ਆਵਾਂ, ਇਹ ਜਿਹੜੀ ਵਿਧਾਇਕਾਂ ਦੀ ਔਰ ਮੈਂਬਰ ਪਾਰਲੀਮੈਂਟਸ ਦੀ ਜਿਹੜੀ ਇਨਕਮ ਟੈਕਸ ਦੇਣ ਦੀ ਗੱਲ ਆ, ਖੈਰ ਮੈਂਬਰ ਪਾਰਲੀਮੈਂਟ ਪਾਸੇ ਛੱਡ ਲਈਏ, ਪੰਜਾਬ ਦੇ ਵਿਧਾਇਕ ਆਪਣਾ ਟੈਕਸ ਆਪ ਨਹੀਂ ਭਰਦੇ 3 ਨੂੰ ਛੱਡ ਕੇ, ਇਹ ਤੋਂ ਗੱਲ ਅੱਗੇ ਤੋਰਦੇ ਆ। ਇਹ ਘਰਾਂ ਦੀਆਂ ਲੜਾਈਆਂ ਦਾ ਜ਼ਿਕਰ ਬਾਅਦ ਚ ਕਰਦੇ ਆ, ਖੈਰ ਸਾਨੂੰ ਹੱਕ ਵੀ ਕੀ ਹੈ ਜੀ ਅਸੀਂ ਕਰੀਏ, ਹੈ ਨਾ? ਬਿਲਕੁਲ ਠੀਕ ਕਹਿ ਰਹੇ ਹੋ ਰੰਧਾਵਾ ਜੀ। ਜਦ ਮੈਂ ਦਿੱਲੀ ਰਹਿੰਦਾ ਹੁੰਦਾ ਸੀਗਾ ਤੇ ਸਾਨੂੰ ਅਫੀਸ਼ੀਅਲ ਡਿਊਟੀ ਲੱਗਦੀ ਸੀ ਪਾਰਲੀਮੈਂਟ ਕਵਰ ਕਰਨ ਵਾਸਤੇ ਜੀ, ਔਰ ਇੱਕ ਮੇਨ ਕਰੇਜ਼ ਹੁੰਦਾ ਸੀ ਵੀ ਅੱਜ ਰੋਟੀ ਪਾਰਲੀਮੈਂਟ ਦੀ ਕੰਟੀਨ ਦੇ ਵਿੱਚ ਖਾਵਾਂਗੇ। 2 ਰੁਪਏ ਦੀ ਚਿਕਨ ਦੀ ਪਲੇਟ ਮਿਲਦੀ ਸੀ ਔਰ ਬੜਾ ਬੜਾ ਹੀ ਸਸਤਾ ਕੰਮ ਸੀਗਾ ਸਾਨੂੰ। ਜਾਂ ਸਾਡੇ ਬੰਦੇ ਆ ਪੁੱਛਦੇ ਸੀਗੇ ਕਿ ਬਈ ਇਹ MPਆਂ ਨੂੰ ਇੰਨੀ ਸਸਤੀ ਰੋਟੀ ਕਿਉਂ, ਜਾਂ ਉਹ ਚੀਜ਼ ਜਿਹੜੀ ਘੱਟ ਤੋਂ ਘੱਟ ਕਰ ਵੀ 50-100 ਰੁਪਏ ਦੀ ਘਰ ਪੈਂਦੀ ਹੈ, ਲੇਕਿਨ ਉੱਥੇ ਸਿਰਫ 2 ਰੁਪਏ ਦੀ ਥਾਲੀ ਕਿਉਂ ਮਿਲਦੀ ਹੈ? ਚਲੋ ਇਹ ਬਹਿਸ ਤੇ ਕਦੋਂ ਦੀ ਚੱਲਦੀ ਆਈ ਹੈ ਔਰ ਅੱਜ ਵੀ ਉੱਥੇ ਹੀ ਖੜੀ ਹੈ। ਅੱਜ ਪੰਜਾਬ ਦੇ ਵਿਧਾਇਕਾਂ ਦਾ ਇਨਕਮ ਟੈਕਸ ਵੀ ਉਸ ਥਾਲੀ ਖਜ਼ਾਨੇ ਤੋਂ ਭਰਿਆ ਜਾਂਦਾ ਹੈ ਜਿਹਨੂੰ ਖਾਲੀ ਹੋਏ ਜੋ ਕਰੀਬ 15-20 ਸਾਲ ਹੋ ਗਏ। ਲੋਕਾਂ ਨੂੰ ਇੱਕੋ ਹੀ ਗੱਲ ਸੁਣਨ ਨੂੰ ਮਿਲਦੀ ਹੈ, ਜੇ ਉਹਨਾਂ ਦੀ ਕੋਈ ਵਿੱਤਿਆ ਮੰਗ ਹੁੰਦੀ ਹੈ ਜਾਂ ਕੋਈ ਪੈਸਿਆਂ ਨੂੰ ਲੈ ਕੇ ਕੋਈ ਡਿਪਾਰਟਮੈਂਟਲ ਡਿਮਾਂਡ ਹੁੰਦੀ ਹੈ ਤਾਂ ਅੱਗੋਂ ਜਵਾਬ ਮਿਲਦਾ ਹੈ ਮਨਪ੍ਰੀਤ ਬਾਦਲ ਉਹਨਾਂ ਤੋਂ ਲੈ ਕੇ, ਜੇ ਪਹਿਲੇ ਵੀ ਅਕਾਲੀਆਂ ਦੇ ਟਾਈਮ ਵਿੱਚ ਵੀ ਫਾਈਨੈਂਸ ਮਿਨਿਸਟਰ ਸ਼ੁਰੂ 'ਚ ਇਹੀ ਸੀਗੇ, ਬਾਅਦ 'ਚ ਪਰਮਿੰਦਰ ਢੀਂਡਸਾ ਉਹਨਾਂ ਬਣੇ। ਪਰ ਭਾਵੇਂ ਵਿੱਤ ਮੰਤਰੀ ਚੇਂਜ ਹੋ ਜਾਣ ਪਰ ਉਹ ਰਾਗ ਖਜ਼ਾਨਾ ਖਾਲੀ ਹੈਗਾ ਉਹ ਚੱਲਦਾ ਰਿਹਾ। ਪਰ ਅੱਜ ਜਦ RTI ਦੇ ਵਿੱਚ ਇਨਫੋਰਮੇਸ਼ਨ ਲਿੱਤੀ ਜਾਂਦੀ ਹੈ ਕਿ ਇਹਨਾਂ ਵਿਧਾਇਕਾਂ ਦਾ ਟੈਕਸ ਕੌਣ ਭਰਦਾ ਹੈ ਤੇ ਪਤਾ ਲੱਗਦਾ ਕਿ ਉਸ ਖਾਲੀ ਖਜ਼ਾਨੇ ਤੋਂ ਟੈਕਸ ਭਰਿਆ ਜਾ ਰਿਹਾ, ਸਿਰਫ 3 MLA। ਉਹ 3 MLA ਦੇ ਮੈਂ ਨਾਂ ਵੀ ਦੱਸ ਦਵਾਂ, ਇੱਕ ਕੁਲਜੀਤ ਨਾਗਰਾ ਜਿਹੜੇ 99 ਵਰਕਿੰਗ ਪ੍ਰੈਜੀਡੈਂਟ ਕਾਂਗਰਸ ਦੇ ਬਣੇ ਨੇ, ਤੇ 2 ਬੈਂਸ ਭਰਾ ਬੈਂਸ ਭਰਾਵਾਂ ਔਰ ਕੁਲਜੀਤ ਨਾਗਰਾ ਤੋਂ ਇਲਾਵਾ ਜਿੰਨੇ ਮੰਤਰੀ ਹੈਗੇ ਆ, ਜਿੰਨੇ ਵਿਧਾਇਕ ਹੈਗੇ ਆ, ਉਹਨਾਂ ਦਾ ਟੈਕਸ ਸਰਕਾਰੀ ਖਜ਼ਾਨੇ ਤੋਂ ਬਾਰ ਬਾਰ ਮੈਂ ਕਹਿ ਰਿਹਾ ਉਹ ਸਰਕਾਰੀ ਖਜ਼ਾਨੇ ਤੋਂ ਜਿਹੜਾ ਕਈ ਸਾਲਾਂ ਤੋਂ ਖਾਲੀ ਪਿਆ ਉੱਥੋਂ ਭਰਿਆ ਜਾਂਦਾ। ਅਕਸਰ ਡਿਮਾਂਡ ਇਹ ਹੁੰਦੀ ਹੈ, ਕਵਾਇਦ ਇਹ ਹੁੰਦੀ ਹੈ ਸਰਕਾਰਾਂ ਦੀ ਕਿ ਅਸੀਂ ਆਸਟੈਰਿਟੀ ਡਰਾਈਵ ਸ਼ੁਰੂ ਕਰਾਂਗੇ, ਯਾਨੀ ਕਿਫਾਇਤ ਵਾਸਤੇ ਲੋਕਾਂ ਦੇ ਪੈਸੇ ਕੱਟਾਂਗੇ, ਲੋਕਾਂ ਦੇ ਉੱਤੇ ਟੈਕਸ ਲਾਵਾਂਗੇ, ਰੈਵੈਨਿਊ ਵਧਾਵਾਂਗੇ। ਪਰ ਜਦ ਗੱਲ ਵਿਧਾਇਕਾਂ ਦੀ ਤਨਖਾਹ ਵਧਾਉਣ ਦੀ ਆਉਂਦੀ ਹੈ, ਵਿਧਾਇਕਾਂ ਨੂੰ ਦੇਣ ਵਾਲੇ ਬੈਨੀਫਿਟਸ ਦੀ ਆਉਂਦੀ ਹੈ, ਉਹਦੇ ਵਿੱਚ ਸਾਰੀ ਪਾਰਟੀਆਂ ਇਕਜੁੱਟ ਹੋ ਕੇ ਇਹਨਾਂ ਦੇ ਉੱਤੇ ਪੂਰਾ ਪ੍ਰਸਤਾਵ ਪਾਸ ਕਰਕੇ ਆਪਣੀ ਤਨਖਾਹ ਆਪ ਵਧਾਉਂਦੇ ਨੇ। ਨੋਰਮਲੀ ਕਿਸੇ ਵੀ ਸੈਕਟਰ ਦੇ ਵਿੱਚ ਕੋਈ ਆਪਣੀ ਤਨਖਾਹ ਆਪ ਨਹੀਂ ਵਧਾ ਸਕਦਾ, ਪਰ ਇਹ ਵਿਧਾਇਕਾਂ ਨੂੰ MPਆਂ ਨੂੰ ਇਹ ਇਖਤਿਆਰ ਹੈਗਾ ਕਿ ਆਪਣੀ ਸੈਲਰੀ ਵਧਾਉਣ ਵਾਸਤੇ ਉਹ ਖੁਦ ਹੀ ਬਿੱਲ ਪਾਸ ਕਰ ਸਕਦੇ ਆ, ਖੁਦ ਹੀ ਸੈਲਰੀਆਂ ਵਧਾਉਂਦੇ ਨੇ। ਔਰ ਉਹਦੇ ਵਿੱਚ ਭਾਵੇਂ ਵੈਸੇ ਪੋਲੀਟੀਕਲ ਪਾਰਟੀਆਂ ਦੇ ਲੀਡਰ ਇੱਕ ਦੂਜੇ ਨਾਲ ਲੜਦੇ ਨਜ਼ਰ ਆਉਣ ਸਿਆਸੀ ਸਟੇਜਾਂ ਤੋਂ, ਪਰ ਅੰਦਰ ਸਾਰੇ ਇੱਕ ਹੁੰਦੇ ਨੇ।
और इस खुलासे ने एक नवी बहस शुरू की है कि जे पंजाब का खजाना खाली है तो 85 लाख के करीब साल का इनकम टैक्स विधायकों के खाते तो क्यों नहीं लिता जाता, क्यों सरकारी खजाने तो उन्होंने 85 लाख के करीब इनकम टैक्स दिता जाना है। हुण भी जिहड़े बयान आ रहे हैं तकरीबन सारी पोलीटिकल पार्टियां दे एमएलए दे ते उहनूं इह ते कह रहे ने गलत है, असीं ते जी तद भी कहा सी, असीं ते जी हुण भी कहिंदे आ कि इह टैक्स सरकारी खजाने तो ना लिता जावे, पर जद गल विधानसभा दे अंदर हुंदी है ते सारे एक दूजे दे उत्ते नाल दे नाल मोढ़ा तो मोढ़ा जोड़ के इस गल दी इक तरीके नाल इकजुट होके आवाज़ उठाते हैं कि विधायकां नूं इदां दे पैसे मिलने चाहिए। और पेंशन की भी गल करिए, विधायक अगर एक बार एमएलए बनता है तो उस तो बाद ऐ नहीं कि दो बार हो गया तीन बार हो गया तो उन्हें तीन पेंशन मिलती है, उस तो अलावा किसी सरकारी नौकरी तो अगर वो विधायक रिटायर होया तो वो पेंशन वक्री मिलती है, यानी वन पेंशन वन जॉब ऐदा का रूल तकरीबन सारी ईवन आर्मी के भी अगर पेंशन तुम लेंदे हो तो रीएम्प्लॉय हो जाते हो तो उस पेंशन के कटौती होंगी है, लेकिन विधायकों के मामले के अगर वो पहले नौकरी करता हो उस तो बाद विधायक बन जाए वो नौकरी की भी पेंशन लेंदा है, विधायक की भी पेंशन लेंदा है, और अगर वो दो तीन बार विधायक हो गया तो वो दी पेंशन इन्नी कु हो जाती है कि वड्डे तो वड्डा अफसर भी उन्नी तनखा नहीं लेंदा। यह एक मैं लगता है नजायज की गल हैगी है, लोग कदी कदी इन्होंने मुद्दों से आवाज़ से चुकते हैं पर वो आवाज़ भी असैम्बलियां के दरवाजे तो वापस आ जाती है और लोगों के ही रह जाती है, क्योंकि गल विधायकों की हैगी है, गल उन्हां कानून बनाने वाले की हैगी है जो तुहाडे विरुद्ध तो कानून बना सकते हैं पर अपने हक विच फैसले भी वो उस असैम्बली दे विच बैठ के ही लैंदे ने, ते गल ते एवें तुरदी रहेगी और आखिर विच रुल जांदी जी। भास्कर साहब तुसीं गल कीती है कि ये सारे इकट्ठे हो जांदे आ जदों इन्हां ने घर साधने होंदे, मैनूं याद है चंडीगढ़ पंजाब नूं ना मिलिया साढ़े कदे भी सारिया पार्टियां एक प्लेटफॉर्म ते इकट्ठे हो के किसी प्रधानमंत्री किसी पार्लीमेंट दे विच जां किते किसी मंच दे उत्ते नज़र नहीं आईयां कि साढ़े को तो राजधानी है नहीं, पंजाब सब तो खुशहाल सूबा सी आजादी वेले भावें कतलोगारत भी बड़ी हुई सी पर फिर भी कुल मिला के पंजाब एक वड्डा सूबा सी, चलो उहदी सूबी बना ली असी अपने मसलियां लई, राज बनाउणा सी सिख राज चाहीदा सी सानूं, खैर वो अलग विषय है, लेकिन उस तो बाद असी पाणियां दे मामले च लुटींदे रहे, पाणियां दे मामले च कदी कोई धिर इकट्ठी हो के नहीं गई कि चलो सारे मतभेद वक्री जगह 117 दे 17 ते 20 दे 20 एम पी कदे इकट्ठे होके नहीं तुरे, ते जदों किधरे इन्हां ने असैम्बली च अपने हक की गल करनी होंदी आ जां किधे 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 लोक प्रेशर बन जाए जिद्दां पिछे उदों पाणियां दा मामला सीगा, पाणियां दा एक्ट बनिया सी ते कैप्टन अमरिंदर सिंह सीना जोरी नाल लए ते अकालियां नूं अद्धे जे मन नाल खलोणा पै गया सी, तुहानूं याद होणा, नहीं तां इह दूजे नाल किधे सहमत ही नहीं होंदे। सो पंजाब दे मुद्दे खड़े रहि गए ते आजादी तों बाद ते पंजाबी सूबा बनण तों बाद इन्ने क मसले खड़े आ। हुण जेकर तुहानूं याद होवे गुजराल साहब थोड़ा जिहा करजा माफ कर गए सी उह काले दौर दा, उस तों बाद वी पंजाब सिर करजा इन्ना चढ़िया रहा, इन्हां ने कदे इकट्ठे हो के जाके सेंटर कोल इह अपील नहीं कीती कि सानूं इन्हां मामलियां च राहत दिओ, असीं देश दी लड़ाई लड़दे हां, जंगां दा सामना करदे हां, असीं उह लोक हां जिन्हां ने औखे वेले ढिड भरिया पूरे देश दा, जदों अमेरिका भी ਸ਼ਰਤਾਂ ਨਾਲ ਅਨਾਜ ਦਿੰਦਾ ਸੀ ਤੇ ਉਦੋਂ ਪੰਜਾਬ ਦੇ ਕਿਸਾਨ ਨੇ ਧਰਤੀ ਦਾ ਪਾਣੀ ਇੱਕ ਤਰ੍ਹਾਂ ਨਾਲ ਆਪਣਾ ਖਰਾਬ ਕਰ ਲਿਆ, ਇੱਥੇ ਕੈਂਸਰ ਫੈਲ ਗਏ ਨੇ, ਹੁਣ ਧਰਤੀ ਦੇ ਥੱਲੇ ਪਾਣੀ ਪੀਣ ਯੋਗ ਨਹੀਂ ਰਿਹਾ, ਪਾਣੀ ਡੂੰਘਾ ਚਲੇ ਗਿਆ, ਬੰਜਰ ਬਣਨ ਵੱਲ ਧਰਤੀ ਚਲੇਗੀ। ਮਜ਼ਾਲ ਆ ਕਿਤੇ ਸਾਡੇ ਪੋਲੀਟੀਸ਼ੀਅਨਸ ਨੇ ਇਕੱਠੇ ਹੋ ਕੇ ਗੱਲ ਕੀਤੀ ਹੋਵੇ, ਸਾਡੇ ਗੁਆਂਢੀ ਸੂਬਿਆਂ ਨੂੰ ਜਿਹੜੀਆਂ ਰਿਆਇਤਾਂ ਦਿੱਤੀਆਂ ਸੀ ਇੰਡਸਟਰੀ 'ਚ ਉਹਦੇ ਨਾਲ ਸਾਡੀ ਇੰਡਸਟਰੀ ਵੀ ਮਰ ਗਈ, ਮਜ਼ਾਲ ਆ ਕਿਤੇ ਅਸੀਂ ਕੋਈ ਬੋਲੇ ਹੋਈਏ, ਲੇਕਿਨ ਜਦੋਂ ਇਹਨਾਂ ਨੇ ਆਪਣੀ ਪੈਨਸ਼ਨ ਵਧਾਉਣੀ ਆ, ਤਨਖਾਹ ਵਧਾਉਣੀ ਆ, ਐਂ ਇਕੱਠੇ ਹੋ ਜਾਂਦੇ ਆ ਜਿੱਦਾਂ ਕਦੇ ਇੱਕ ਦੂਜੇ ਨਾਲ ਲੜੇ ਹੀ ਨਹੀਂ ਹੁੰਦੇ, ਕੋਈ ਮਤਭੇਦ ਹੀ ਨਹੀਂ ਹੁੰਦੇ, ਤੇ ਆਹ ਹੁਣ ਜਿਹੜੇ ਪੰਜਾਬੀਆਂ ਦੇ ਜਿੰਨੇ ਵੀ ਮਸਲੇ ਆ ਇਹਦੇ ਉੱਤੇ ਕਿਤੇ ਚੂੰ ਨਹੀਂ ਕਰਦੇ। ਹਾਂ ਘਰ ਦੀ ਲੜਾਈ ਦੇ ਸਾਹਮਣੇ ਆ ਕੈਪਟਨ ਅਮਰਿੰਦਰ ਸਿੰਘ ਹੁਣ ਰੰਗਲਾ ਪੰਜਾਬ ਇੱਕ ਲੈ ਕੇ ਆ ਰਹੇ ਆ, ਨਵਜੋਤ ਸਿੰਘ ਸਿੱਧੂ ਜੇ ਦੋ ਦਿਨ ਖਬਰ 'ਚ ਨਾ ਰਹਿਣ ਤੇ ਇੰਝ ਲੱਗਦਾ ਜਿਵੇਂ ਉਹ ਵੀ ਪਿੱਛੇ ਚਲੇ ਗਏ। ਇਸ ਵੇਲੇ ਕੋਈ ਹਵਾ ਦਾ ਰੁੱਖ ਨਹੀਂ ਬਣ ਰਿਹਾ, ਇਸ ਵੇਲੇ ਭਾਸਕਰ ਸਾਹਿਬ ਕਿਸੇ ਵੀ ਤਰ੍ਹਾਂ ਨਾਲ ਕਿਸੇ ਵੀ ਪਾਰਟੀ ਦੇ ਹੱਕ 'ਚ ਲੋਕ ਖੜੇ ਨਜ਼ਰ ਨਹੀਂ ਆ ਰਹੇ, ਕੁੱਲ ਮਿਲਾ ਕੇ ਇਹ ਦ੍ਰਿਸ਼ ਕਿਵੇਂ ਦਾ ਪੰਜਾਬ ਦਾ, ਮੈਂ ਉਹ ਪੁੱਛਣਾ ਚਾਹੁੰਦਾ ਹਾਂ। ਰੰਧਾਵਾ ਜੀ, ਪਹਿਲੇ ਤੁਹਾਨੂੰ ਤੁਸੀਂ ਮੈਨੂੰ ਯਾਦ ਦਿਲਾਤੀ 2000 ਦੇ ਉਸ ਪੰਜਾਬ ਟਰਮੀਨੇਸ਼ਨ ਆਫ ਵਾਟਰ ਐਗਰੀਮੈਂਟ ਐਕਟ ਦੀ, 2004 ਦਾ ਜਦ ਕੈਪਟਨ ਸਾਹਿਬ ਉਹ ਅਸੈਂਬਲੀ ਦੇ ਵਿੱਚ ਲੈ ਕੇ ਆਏ ਸੀਗੇ ਤੇ ਉਹ ਇੱਕ ਮਤੀ 'ਚ ਪਾਸ ਹੋ ਗਿਆ ਸੀਗਾ ਵੀ ਚਲੋ ਜੀ ਸਾਰੇ ਐਗਰੀਮੈਂਟ ਹੁਣ ਕੈਂਸਲ ਹੋ ਗਏ। ਉਸ ਤੋਂ ਬਾਅਦ ਅਕਾਲੀਆਂ ਨੂੰ ਸਵਾਲ ਪੁੱਛਿਆ ਸੀ ਪੱਤਰਕਾਰਾਂ ਨੇ ਕਿ ਵੀ ਇਹ ਸਾਰੇ ਐਕਟ ਦੇ ਵਿੱਚ ਕੀ ਫਾਇਦਾ ਹੋਇਆ ਜੇ ਰੱਦ ਕੀਤੇ ਹੈ, ਤੇ ਆਰਟੀਕਲ 5 ਕਲੋਜ਼ 5 ਉਸ ਐਕਟ
ਉਹਦੇ ਉੱਤੇ ਅਕਾਲੀਆਂ ਨੇ ਕਿਉਂ ਨਹੀਂ ਆਵਾਜ਼ ਉਠਾਈ, ਉਹ ਸੀਗਾ ਕਿ ਕਲੋਜ਼ 5 ਦੇ ਹਿਸਾਬ ਨਾਲ ਹਰਿਆਣਾ ਅਤੇ ਦਿੱਲੀ ਅਤੇ ਰਾਜਸਥਾਨ ਨੂੰ ਜਿੰਨਾ ਪਾਣੀ ਜਾਂਦਾ ਹੈ ਉਹ ਉੱਦਾਂ ਹੀ ਜਾਂਦਾ ਰਹੇਗਾ, ਯਾਨੀ ਉਸ ਕਲੋਜ਼ ਨੂੰ ਨਹੀਂ ਛੇੜਿਆ ਗਿਆ ਸੀਗਾ। ਤਦ ਅਕਾਲੀਆਂ ਨੇ ਇਹ ਜਵਾਬ ਦਿੱਤਾ ਸੀ ਵੀ ਸਾਨੂੰ ਤਾਂ ਛੇਤੀ ਇਹਨਾਂ ਨੇ ਬੜੀ ਜਲਦਬਾਜ਼ੀ ਤੋਂ ਐਕਟ ਦਾ ਡਰਾਫਟ ਦਿੱਤਾ ਅਤੇ ਅਸੀਂ ਤਾਂ ਬਸ ਇਹ ਸਾਰੇ ਐਗਰੀਮੈਂਟ ਰੱਦ ਹੋ ਗਏ, ਇੰਨਾ ਕੁਝ ਪੜ੍ਹਿਆ ਅਤੇ ਉਸ ਤੋਂ ਬਾਅਦ ਅਸੀਂ ਸਾਈਨ ਕੀਤਾ, ਪਾਸ ਕੀਤਾ ਅਤੇ ਬਾਹਰ ਆ ਗਏ। ਅਸੀਂ ਕਲੋਜ਼ 5 ਨੂੰ ਪੜ੍ਹਨ ਦਾ ਸਾਨੂੰ ਜਾਣ ਬੁੱਝ ਕੇ ਮੌਕਾ ਹੀ ਨਹੀਂ ਦਿੱਤਾ। ਅੱਜ ਤੱਕ ਉਸ ਕਲੋਜ਼ 5 ਦੇ ਉੱਤੇ ਕੋਈ ਅਮੈਂਡਮੈਂਟ, ਕੋਈ ਕਰੈਕਸ਼ਨ ਕਿਸੇ ਅਸੈਂਬਲੀ ਦੇ ਵਿੱਚ ਨਾ ਅਕਾਲੀ ਲੈ ਕੇ ਆਏ ਨਾ ਕਾਂਗਰਸੀ ਲੈ ਕੇ ਆਏ। ਨਹੀਂ ਨਹੀਂ ਸਰ, ਦੂਰ ਕਰ ਦਿੰਦੇ ਨਾਲੇ ਮੰਗ ਲੈਂਦੇ ਪਾਣੀਆਂ ਦਾ ਮੁੱਲ, ਕਹਿੰਦੇ ਜਿੰਨਾ ਪਾਣੀ ਲੈਣਾ ਉਹਦੇ ਪੈਸੇ ਦੇ ਦੇ। ਕਿਸੇ ਵੀ ਵਿਧਾਇਕ ਨੇ ਇਸ ਮੁੱਦੇ ਤੇ ਕੋਈ ਗੱਲ ਨਹੀਂ ਕੀਤੀ, ਜੇ ਕੀਤੀ ਤੇ ਬੈਂਸ ਭਰਾਵਾਂ ਨੇ 2 ਵਾਰ ਗੱਲ ਕੀਤੀ ਸੀ ਕਿ ਵੀ ਕਿਉਂ ਨਾ ਅਸੀਂ ਰਾਜਸਥਾਨ ਤੇ ਹਰਿਆਣਾ ਤੋਂ ਪਾਣੀ ਦੀ ਰਾਇਲਟੀ ਮੰਗੀਏ। ਇੰਨੇ ਸਾਲਾਂ ਤੋਂ ਅਸੀਂ ਪਾਣੀ ਦੇ ਰਹੇ ਹਾਂ, ਪਾਣੀ ਸਾਡਾ ਜਿਹੜਾ ਨੈਚੁਰਲ ਰਿਸੋਰਸ ਹੈਗਾ ਉਹਦੇ ਉੱਤੇ ਸਾਡੀ ਬਣਦੀ ਰਾਇਲਟੀ, ਉਹ ਦਿੱਲੀ ਤੋਂ ਵੀ, ਰਾਜਸਥਾਨ ਤੋਂ ਵੀ ਤੇ ਹਰਿਆਣਾ ਤੋਂ ਵੀ ਅਸੀਂ ਲੈਣੀ ਸ਼ੁਰੂ ਕੀਤੇ। ਦੇਣ ਵਾਲਿਆਂ ਨੂੰ ਹਜੇ ਓਬਜੈਕਸ਼ਨ ਨਹੀਂ ਰੇਜ਼ ਹੋਇਆ ਸੀਗਾ, ਪਰ ਬੈਂਸ ਭਰਾਵਾਂ ਨੂੰ ਅਸੈਂਬਲੀ ਤੋਂ ਬਾਹਰ ਚੱਕ ਕੇ ਸੁੱਟ ਦਿੱਤਾ ਗਿਆ ਕਿ ਵੀ ਤੁਸੀਂ ਕਿੱਦਾਂ ਰਾਇਲਟੀ ਮੰਗ ਰਹੇ ਹੋ। ਯਾਨੀ ਜਦ ਪੰਜਾਬ ਦੇ ਹਿੱਤ ਦੀ ਗੱਲ ਆਉਂਦੀ ਹੈ, ਹੁਣ ਤੁਸੀਂ ਚੰਡੀਗੜ੍ਹ ਦਾ ਹੀ ਮਸਲਾ ਦੇਖ ਲਓ, ਚੰਡੀਗੜ੍ਹ ਅੱਧੀ ਅਧੂਰੀ ਰਾਜਨੀਤੀ ਅੱਜ ਤੋਂ ਕਿੰਨੇ ਸਾਲ ਪਹਿਲੇ ਸੀਗੀ, ਔਰ ਅੱਜ ਵੀ ਉਹ ਅੱਧੀ ਅਧੂਰੀ ਰਾਜਨੀਤੀ ਹੈ, ਰਾਜਧਾਨੀ ਹੈਗੀ ਹੈ। ਔਰ ਉਹਨਾਂ ਮਸਲਿਆਂ ਦਾ, ਚਾਹੇ ਪੰਜਾਬੀ ਬੋਲਦੇ ਏਰੀਆ ਦੀ ਗੱਲ ਹੋਏ, ਕਿਸੇ ਵੀ ਮਸਲੇ ਦਾ ਹੱਲ ਕੋਈ ਵੀ ਸਿੱਟਾ ਕੱਢ ਕੇ ਸਾਡੇ ਪੋਲੀਟੀਸ਼ੀਅਨ ਨੇ ਨਹੀਂ ਕੱਢਿਆ। ਔਰ ਇੱਥੇ ਤੱਕ ਕਿ ਬਾਦਲ ਸਾਹਿਬ ਜਿਹੜੇ ਆਰਟੀਕਲ 25 ਦਾ ਪੁਰਜ਼ੋਰ ਤਰੀਕੇ ਨਾਲ ਵਿਰੋਧ ਕਰਦੇ ਸੀ, ਔਰ ਉਸ ਨਾਤੇ ਉਹ ਪੰਜਾਬ ਤੋਂ ਟਰੱਕ ਡਰਾਈਵਰ ਬਣ ਕੇ ਦਿੱਲੀ ਗਏ, ਦਿੱਲੀ ਜਾ ਕੇ ਉਹਨਾਂ ਨੇ ਕੋਨਸਟੀਟਿਊਸ਼ਨ ਦੀ ਕਾਪੀਆਂ ਤੱਕ ਸਾੜੀ, ਤੇ ਅੱਜ ਉਹ ਆਰਟੀਕਲ 25 ਦੇ ਵਿੱਚ ਅਮੈਂਡਮੈਂਟ ਵਾਸਤੇ ਬਿਲਕੁਲ ਚੁੱਪੀ ਧਾਰੇ ਹੋਏ ਨੇ। ਜਦਕਿ ਉਹ ਸਿੱਖਾਂ ਦਾ ਰਾਈਟ ਬਣਦਾ ਹੈ, ਸਿੱਖ ਇੱਕ ਬਹੁਤ ਹੀ ਵਧੀਆ ਤੇ ਵੱਡਾ ਰਿਲੀਜਨ ਹੈਗਾ ਹੈ, ਉਸ ਰਿਲੀਜਨ ਨੂੰ ਸੈਪਰੇਟ ਆਈਡੈਂਟੀ ਦਾ ਹੱਕ ਹੈਗਾ, ਪਰ ਉਸ ਹੱਕ ਕੱਲ ਉਹ ਲੋਕ ਜਿਨ੍ਹਾਂ ਨੇ ਪੰਜਾਬ ਦੇ ਨੱਕ 'ਚ ਦਮ ਕੀਤਾ ਹੋਇਆ ਸੀਗਾ, ਇਹ ਆਵਾਜ਼ ਪੁਰਜ਼ੋਰ ਤਰੀਕੇ ਨਾਲ ਉਠਾਈ ਸੀ, ਅੱਜ ਉਹ ਕਿਸੇ ਵੀ ਜਗ੍ਹਾ ਉਹ ਆਵਾਜ਼ਾਂ ਚੁੱਕਦੇ ਹੋਏ ਨਹੀਂ ਨਜ਼ਰ ਆਉਂਦੇ। ਜੇ ਅਸੀਂ ਵੀ ਆਵਾਜ਼ ਚੁੱਕਦੇ ਹਾਂ ਤੇ ਸਾਡੇ ਅੱਗੇ ਵੀ ਅੱਗੇ ਵੀ ਇਹ ਜਿਹੜੇ ਸਿਆਸਤਦਾਨ ਨੇ ਉਹ ਹੱਥ ਜੋੜਦੇ ਨੇ ਕਿ ਵੀ ਹੁਣ ਪੰਜਾਬ ਵਿੱਚ ਅੱਗ ਲਾਉਣ ਵਾਲੀ ਨਾ ਗੱਲ ਕਰੋ, ਤੇ ਅਸੀਂ ਉਹਨਾਂ ਦੀ ਗੱਲਾਂ ਉਹਨਾਂ ਨੂੰ ਯਾਦ ਕਰਾਈਏ ਤੇ ਉਹ ਗੱਲ ਵੀ ਉਹ ਕਹਿੰਦੇ ਨੇ ਅੱਗ ਲਾਉਣ ਵਾਲੀ ਹੈ, ਰਹਿਣ ਦਿਓ ਜੀ, ਤੁਸੀਂ ਬਿਲਕੁਲ ਇਹਨਾਂ ਗੱਲਾਂ ਨੂੰ ਨਾ ਛੇੜੋ। ਸੁਖਬੀਰ ਬਾਦਲ ਉਹਨਾਂ ਨੇ ਇੱਕ ਵਾਰ ਅਸੀਂ ਸਵਾਲ ਪੁੱਛਿਆ ਸੀ ਆਰਟੀਕਲ 25 ਦੇ ਬਾਰੇ ਚ, ਕੋਨਸਟੀਟਿਊਸ਼ਨ ਜਿਹਦੇ ਹਿਸਾਬ ਨਾਲ ਸਿੱਖ ਕੋਈ ਸੈਪਰੇਟ ਰਿਲੀਜਨ ਨਹੀਂ ਹੈਗਾ, ਤੇ ਉਹਨਾਂ ਨੂੰ ਪਤਾ ਹੀ ਨਹੀਂ ਸੀ ਆਰਟੀਕਲ 25 ਹੈ ਕੀ, ਔਰ ਇਹ ਪੁੱਛਦੇ ਸੀਗੇ ਵੀ ਕੀ ਹੈ ਆਰਟੀਕਲ 25, ਕਹਿੰਦੇ ਮੈਂ ਪਹਿਲਾਂ ਪੜ੍ਹੂੰਗਾ, ਔਰ ਉਸ ਟਾਈਮ ਉਹ ਡਿਪਟੀ ਉਪ ਮੁੱਖ ਮੰਤਰੀ ਸੀਗੇ, ਕਹਿੰਦੇ ਮੈਂ ਪਹਿਲੇ ਪੜ੍ਹੂੰਗਾ ਆਰਟੀਕਲ 25, ਉਸ ਤੋਂ ਬਾਅਦ ਤੁਹਾਡੇ ਸਵਾਲ ਦਾ ਜਵਾਬ ਦੇ ਦੂੰਗਾ। ਯਾਨੀ ਸਿਆਸਤਦਾਨ ਦਾ ਇਹ ਹਾਲਾਤ ਨੇ, ਜੇ ਆਪਣੇ ਪੈਸੇ ਵਧਾਉਣ ਦੀ ਗੱਲ ਆਉਂਦੀ ਹੈ, ਜੇ ਆਪਣੀ ਤਨਖਾਹ ਵਧਾਉਣ ਦੀ ਗੱਲ ਆਉਂਦੀ ਹੈ, ਜੇ ਆਪਣੇ ਬੈਨੀਫਿਟਸ ਲੈਣ ਦੀ ਗੱਲ ਆਉਂਦੀ ਹੈ, ਤੇ ਉਹਨਾਂ ਨੂੰ ਸਾਰੀਆਂ ਗੱਲਾਂ ਸਮਝ ਆਉਂਦੀ ਹੈ, ਔਰ ਉਹ ਕਾਨੂੰਨੀ ਗੱਲਾਂ ਜਿਨ੍ਹਾਂ ਗੱਲਾਂ ਦੇ ਉੱਤੇ ਉਹਨਾਂ ਨੇ ਮੋਰਚੇ ਤੱਕ ਲਾਏ ਸੀਗੇ, ਅੱਜ ਉਹਨਾਂ ਦੇ ਧਿਆਨ ਵਿੱਚ ਉਹ ਗੱਲਾਂ ਬਿਲਕੁਲ ਬਾਹਰ ਜਾ ਚੁੱਕੀ ਨੇ, ਉਹਨਾਂ ਨੂੰ ਕੋਈ ਧਿਆਨ ਵੀ ਨਹੀਂ ਦੇਣਾ ਚਾਹੁੰਦੇ ਉਹਨਾਂ ਗੱਲਾਂ ਨੂੰ। ਇਹ ਤੇ ਉਹਨਾਂ ਦੀ ਆਪਣੀ ਰਾਜਨੀਤੀ ਹੈਗੀ ਹੈ। ਭਾਸਕਰ ਸਾਹਿਬ, ਮੈਂ ਭਾਸਕਰ ਸਾਹਿਬ ਦੂਜੇ ਵੱਲ ਜਾਣ ਤੋਂ ਪਹਿਲਾਂ ਤੁਹਾਨੂੰ ਇੱਕ ਪਲ ਹੀ ਰੋਕ ਲਵਾਂ। ਮੈਂ ਡਾਕਟਰ ਮਨੋਹਰ ਸਿੰਘ ਗਿੱਲ ਜਿਹੜੇ ਕਿ ਭਾਰਤ ਦੇ ਖੇਡ ਮੰਤਰੀ ਰਹੇ ਆ ਔਰ ਮੁੱਖ ਚੋਣ ਕਮਿਸ਼ਨਰ ਰਹੇ, ਉਹਨਾਂ ਨਾਲ ਇੱਕ ਸਿਲਸਿਲਾ ਬਣਾਇਆ ਸੀ ਇੰਟਰਵਿਊਜ਼ ਦਾ। ਅਸੀਂ ਲਗਾਤਾਰ ਹਰ 10-15 ਦਿਨ ਬਾਅਦ ਕਿਸੇ ਨਾ ਕਿਸੇ ਇਸ਼ੂ ਤੇ ਗੱਲ ਕਰਦੇ ਰਹੇ, ਕਿਉਂਕਿ ਉਹਨਾਂ ਨੇ ਬਹੁਤ ਵੱਡਾ ਅਨੁਭਵ ਹਣਾਇਆ ਆਲੇ ਦੁਆਲੇ ਚੋਂ। ਉਹ ਚੰਡੀਗੜ੍ਹ ਜਦੋਂ ਬਣਿਆ ਉਦੋਂ ਉਹਦੇ ਮਾਲਕ ਹੁੰਦੇ ਸੀ, DC ਸੀਗੇ ਅੰਬਾਲੇ ਦੇ, ਤੇ ਅੰਬਾਲੇ ਦੇ ਵਿੱਚ ਹੀ ਪੈਂਦਾ ਸੀ ਚੰਡੀਗੜ੍ਹ ਤੋਂ ਜਦੋਂ ਇਹ ਬਣਦਾ ਸੀਗਾ। ਸੋ ਉਹ ਮੈਨੂੰ ਕਹਿਣ ਲੱਗੇ ਵੀ ਤੁਸੀਂ ਇਹ ਚੰਡੀਗੜ੍ਹ ਲੈਣਾ ਕੋਈ ਬਹੁਤਾ ਔਖਾ ਨਹੀਂ ਗਾ। ਲੇਕਿਨ ਉਸ ਤੋਂ ਬਾਅਦ ਮੈਨੂੰ ਕਈ ਵੱਡੇ ਪੋਲੀਟੀਸ਼ੀਅਨ ਜਿਨ੍ਹਾਂ ਦੇ ਹੁਣ ਮੈਂ ਨਾ ਲਵਾਂ ਤੇ ਚੰਗਾ, ਕਿਉਂਕਿ ਗੈਰ ਰਸਮੀ ਗੱਲਾਂ ਬਾਤਾਂ ਨੇ ਔਰ ਸਾਡਾ ਪ੍ਰੋਫੈਸ਼ਨ ਅਲਾਓ ਨਹੀਂ ਕਰਦਾ ਕਿ ਅਸੀਂ ਉਹਨਾਂ ਗੱਲਾਂ ਬਾਤਾਂ ਨੂੰ ਮੰਚ ਤੇ ਲਿਆਈਏ। ਉਹਦੇ ਵਿੱਚ ਕਈਆਂ ਨੇ ਕਿਹਾ ਸੀਗਾ ਕਿ ਤੁਹਾਡਾ ਕਿਹੜਾ ਢਿੱਡ ਦੁਖਦਾ, ਕੋਈ ਮਾੜਾ ਮੋਟਾ ਆਪਣਾ ਪੰਜਾਬ ਦਾ ਏਰੀਆ ਜੇ ਸਾਫ਼ ਸੁਥਰਾ ਹੈ, ਜੇ ਚੰਡੀਗੜ੍ਹ ਪੰਜਾਬ ਦਾ ਹਿੱਸਾ ਹੋ ਗਿਆ ਤੇ ਸਾਨੂੰ ਔਖਾ ਹੋ ਜਾਊਗਾ ਲੋਕਾਂ ਨੂੰ ਸੈਟਲ ਕਰਨਾ। UT ਹੋਣ ਕਰਕੇ ਉਹ ਵਾਹਵਾ ਸਾਫ਼ ਸੁਥਰਾ ਹੈ, ਦੂਜੀ ਗੱਲ ਉੱਥੇ ਨਿਯਮ ਉਲੰਘਣਾ ਨਹੀਂ ਹੁੰਦੀ। ਇਹ ਬੜਾ ਵੱਡਾ ਸਵਾਲ ਹੈ ਕਿ ਸਾਡੇ ਪੋਲੀਟੀਸ਼ੀਅਨਸ ਦੇ ਘਰ ਉੱਥੇ ਨੇ, ਸਾਡੇ ਬਹੁਤੇ ਸਿਆਸਤਦਾਨ ਜਿਹੜੇ ਉੱਥੇ ਰਹਿੰਦੇ ਨੇ, ਉਹ ਰਹਿੰਦੇ ਆ, ਉਹ ਕਹਿੰਦੇ ਆ ਵੀ ਸੁੱਖ ਸ਼ਾਂਤ ਰਵੇ ਚੰਡੀਗੜ੍ਹ ਦੇ ਵਿੱਚ, ਅਸੀਂ ਸੁਰੱਖਿਅਤ ਰਹੀਏ। ਮਤਲਬ ਪੰਜਾਬ ਲਈ ਚੰਡੀਗੜ੍ਹ ਨਾ ਲੈਣਾ, ਇਹ ਵੀ ਇੱਕ ਵੱਖਰੇ ਐਂਗਲ ਤੋਂ ਦੇਖਿਆ ਜਾ ਸਕਦਾ। ਸੋ ਦੂਜਾ ਸਵਾਲ ਜਿਹੜਾ ਮੇਰਾ ਇਹ ਸੀਗਾ ਕਿ ਪੰਜਾਬ ਦੀ ਜਿਹੜੀ ਰਾਜਨੀਤੀ ਆ, ਇਹਦੇ ਵਿੱਚ ਹੁਣ ਇੱਕ ਤਰ੍ਹਾਂ ਨਾਲ
खड़ोत आ गई। फिर ये जिहड़ी महीना डेढ़ लड़ाई चली है सिद्धू बनाम कैप्टन, ये तो बाद हुण खड़ोत आ गई। खड़ोत इन द सेंस के सारियां पार्टियां ये वेख रही ने कि लोगों का मूड की है। लोगों का मूड कांग्रेस की फेवर च भी नहीं है, आम आदमी पार्टी भी अजे अपने पर तोल रही है, अकाली दल तीजे नंबर पर खड़ा। मैं थोड़े तो यह जानना चाहना है कि ये आखिर तूफान तो पहला की शांति है जां तूफान लंघन तो बाद का ठहरा है? ਤੁਸੀਂ ਰੰਧਾਵਾ ਜੀ ਆ ਸਿੱਧੂ ਬਨਾਮ ਕੈਪਟਨ ਦੀ ਲੜਾਈ ਤੋਂ ਪਹਿਲੇ ਦੇ ਹਾਲਾਤ ਦੇਖ ਲਓ। ਉਹ ਤਾਂ ਉਹਨਾਂ ਦਿਨਾਂ ਦੇ ਵਿੱਚ ਜਦ ਪੰਜਾਬ ਦੀ ਪੋਲਿਟਿਕਸ ਨੂੰ ਡਿਸਕਸ ਅਸੀਂ ਲੋਕ ਕਰਦੇ ਸੀਗੇ ਤੇ ਇਹ ਕਹਿੰਦੇ ਸੀ ਵੀ ਕਾਂਗਰਸ ਦੀ ਬੜੀ ਜ਼ਬਰਦਸਤ ਐਕਸਪੈਕਟੇਸ਼ਨ ਹੈਗੀ ਹੈ ਕਿ ਐਤਕੀ ਕਾਂਗਰਸ ਰਿਪੀਟ ਮਾਰ ਜਾਏਗੀ, ਕਾਰਨ ਕਿ ਦੂਜੀ ਪਾਰਟੀਆਂ ਸਾਰੀ ਵਿਖਰੀ ਹੋਈ ਹੈ। ਫਿਰ ਸਿੱਧੂ ਤੇ ਕੈਪਟਨ ਦਾ T20 ਮੈਚ ਚੱਲਿਆ, ਉਹ T20 ਮੈਚ ਟੈਸਟ ਮੈਚ 'ਚ ਕਨਵਰਟ ਹੋ ਗਿਆ ਔਰ ਫਿਰ ਮੇਰੇ ਖਿਆਲ ਨਾਲ ਉਹ ਟੈਸਟ ਮੈਚ ਵੀ ਮਹੀਨੇ ਡੇਢ ਮਹੀਨੇ ਚੱਲਦਾ ਰਿਹਾ। ਉਹਦੇ ਵਿੱਚ ਦੂਜੀ ਪਾਰਟੀਆਂ ਤਾਕ ਲਾ ਕੇ ਬੈਠੀ ਸੀਗੀ, ਜਿੱਦਾਂ ਆਮ ਆਦਮੀ ਪਾਰਟੀ ਦੀ ਗੱਲ ਕਰੀਏ, ਆਮ ਆਦਮੀ ਪਾਰਟੀ ਚਾਹੁੰਦੇ ਸੀਗੇ ਕਿ ਸਿੱਧੂ ਦੀ ਗੱਲ ਉੱਥੇ ਨਾ ਬਣੇ ਤੇ ਸਿੱਧੂ ਸਾਡੇ ਵੱਲ ਆਏ ਤੇ ਸਾਡੀ ਲਹਿਰਾਂ ਬਹਿਰਾਂ ਆ ਜਾਣ। ਦੂਜੇ ਪਾਸੇ ਅਕਾਲੀ ਦਲ ਵੀ ਸਿੱਧੂ ਬਨਾਮ ਕੈਪਟਨ ਦੀ ਲੜਾਈ ਦੇ ਉੱਤੇ ਨਜ਼ਰ ਟੇਕ ਕੇ ਬੈਠਾ ਸੀਗਾ ਕਿ ਸਿੱਧੂ ਕਿਤੇ ਹਾਵੀ ਨਾ ਹੋ ਜਾਏ, ਜੇ ਹਾਵੀ ਹੋ ਗਿਆ ਤੇ ਇਹ ਉਸ ਤੋਂ ਬਾਅਦ ਸਭ ਤੋਂ ਪਹਿਲੇ ਸਾਡੇ ਮਗਰ ਪਾਏਗਾ। ਪਰ ਚਲੋ ਸਿੱਧੂ ਬਨਾਮ ਕੈਪਟਨ ਦੀ ਲੜਾਈ ਤੇ ਖਤਮ ਤੇ ਨਹੀਂ ਹੋਈ, ਪਰ ਸਿੱਧੂ ਉਹਦੇ ਵਿੱਚ ਕਿਸੇ ਨਾ ਕਿਸੇ ਜਗ੍ਹਾ ਜਿੱਤਦਾ ਨਜ਼ਰ ਆਇਆ ਫੌਜੀ ਤੌਰ ਤੇ। ਪਰ ਅੱਗੇ ਚੱਲ ਕੇ ਕਿਉਂਕਿ ਕੈਪਟਨ ਅਮਰਿੰਦਰ ਸਿੰਘ ਹਜੇ ਵੀ ਮੁੱਖ ਮੰਤਰੀ ਹੈਗੇ ਨੇ, ਹੁਣੇ ਵੀ ਇੱਕ ਘੰਟੇ ਪਹਿਲੇ ਤੱਕ ਉਹ ਗਵਰਨਰ ਹਾਊਸ ਦੇ ਵਿੱਚ ਬੈਠੇ ਸੀਗੇ, ਉੱਥੇ ਚਰਚਾਵਾਂ ਹੋਈਆਂ। ਉਸ ਚਰਚਾਵਾਂ ਦੇ ਵਿੱਚ ਕੈਬਨਿਟ ਫੇਰ ਬਦਲ ਦੀ ਗੱਲ ਨਾ ਹੋਏ, ਕੋਈ ਕਹਿੰਦਾ ਜੀ ਜਿਹੜਾ ਖੇਤੀਬਾੜੀ ਮੁੱਦੇ ਦੇ ਉੱਤੇ ਜਿਹੜੇ ਉਹਨਾਂ ਨੇ ਰੈਜੋਲਿਊਸ਼ਨ ਦੇ ਉੱਤੇ ਹਜੇ ਤੱਕ ਸਾਈਨ ਨਹੀਂ ਕੀਤੇ, ਉਹ ਮੁੱਦਾ ਹੋਏ ਜਾਂ ਹੋਰ ਵੀ ਕੋਈ ਗੰਭੀਰ ਮੁੱਦੇ ਹੋ ਸਕਦੇ ਨੇ ਜਿਹਨਾਂ ਦੇ ਉੱਤੇ ਕੈਪਟਨ ਅਮਰਿੰਦਰ ਸਿੰਘ ਉਹਨਾਂ ਦੀ ਗੱਲਬਾਤ ਗਵਰਨਰ ਸਾਹਿਬ ਨਾਲ ਹੋਈ ਹੋਏ। ਪਰ ਫਿਲਹਾਲ ਹਰ ਪੋਲੀਟੀਕਲ ਪਾਰਟੀ ਇੱਕ ਦੂਜੇ ਦੇ ਘਰ ਦੇ ਵਿੱਚ ਝਾਂਕ ਕੇ ਦੇਖ ਰਹੀ ਹੈ ਵੀ ਉੱਥੇ ਸਭ ਕੁਛ ਸ਼ਾਂਤ ਹੋ ਗਿਆ ਕਿ ਨਹੀਂ ਹੋ ਗਿਆ। ਜੇ ਸ਼ਾਂਤ ਹੋ ਗਿਆ ਤਾਂ ਕੀ ਨਿਕਲਿਆ, ਕੀ ਮਧਾਣੀ ਵਿੱਚੋਂ ਮੱਖਣ ਨਿਕਲਿਆ ਤੇ ਆਪਾਂ ਮੱਖਣ ਲੈ ਕੇ ਉਹ ਗਏ, ਉਹ ਗੱਲ ਕਰਨਾ ਜ਼ਰੂਰ ਚਾਹੁੰਦੇ ਨੇ, ਪਰ ਹਜੇ ਕਿਸੇ ਵੀ ਮਧਾਣੀ ਤੋਂ ਕੋਈ ਮੱਖਣ ਨਹੀਂ ਨਿਕਲ ਰਿਹਾ। ਭਾਸਕਰ ਸਾਹਿਬ ਉਹਦੇ 'ਚ ਇੱਕ ਗੱਲ ਮੈਨੂੰ ਲੱਗਦਾ ਕਿ ਜੇ ਉਹਦਾ ਵਿਸਥਾਰ ਥੋੜਾ ਜਿਹਾ ਮੰਗਦੀ ਹੈ, ਜਿਹੜੀ ਤੁਸੀਂ ਟੱਚ ਕਰ ਲਈ, ਮੇਰੇ ਤਾਂ ਦਿਮਾਗ 'ਚੋਂ ਨਿਕਲੀ ਜਾਂਦੀ ਸੀ, ਕੈਪਟਨ ਅਮਰਿੰਦਰ ਸਿੰਘ ਨੂੰ ਇਸ ਵਾਰੀ ਗਵਰਨਰ ਤੋਂ ਸਮਾਂ ਆਸਾਨੀ ਨਾਲ ਮਿਲ ਗਿਆ। ਔਰ ਇਹ ਜਿਹੜੀ ਰਮਜਵੀ ਗੁੱਜੀ ਜੀ ਆ ਕਿ ਖਬਰ ਤਾਂ ਕੋਈ ਆਈ ਨਹੀਂ, ਅਤੇ ਖਬਰ ਉਦੋਂ ਹੀ ਆਈ ਜਦੋਂ ਕੈਪਟਨ ਸਾਹਿਬ ਮਿਲਣ ਚਲੇ ਗਏ ਗਵਰਨਰ ਨੂੰ। ਗਵਰਨਰ ਸਿੱਧਾ ਸਿੱਧਾ ਕੇਂਦਰ ਦਾ ਦੂਤ ਹੁੰਦਾ, ਅਤੇ ਹੁਣ ਕੋਈ ਕੇਂਦਰ ਦਾ ਸੁਨੇਹਾ ਵੀ ਆ ਕਿਸਾਨੀ ਨੂੰ ਲੈ ਕੇ, ਕੋਈ ਮਸਲਾ ਹੱਲ ਹੋਣ ਵਾਲਾ, ਜਾਂ ਕਿਧਰੇ ਸੋਨੀਆ ਗਾਂਧੀ ਨੂੰ ਮਿਲਣ ਤੋਂ ਪਹਿਲਾਂ ਕੈਪਟਨ ਅਮਰਿੰਦਰ ਸਿੰਘ ਗਵਰਨਰ ਤੋਂ ਪੁੱਛਣਾ ਚਾਹੁੰਦੇ ਕਿ ਤੁਸੀਂ ਕਦੋਂ ਕਦੋਂ ਉਪਲਬਧ ਹੋ, ਜੇ ਉੱਤੋਂ ਹਰੀ ਝੰਡੀ ਮਿਲੇ ਤੇ ਆਉਂਦਿਆਂ ਹੀ ਫਾਹਾ ਨਿਬੇੜ ਲਈਏ, ਰੱਦੋ ਬਦਲ ਵਾਲਾ ਵਿਚਾਰਤੀ ਫੇਰ ਬਦਲ ਕਰ ਲਈਏ। ਇਹ ਦੋ ਬੜੇ ਅਹਿਮ ਮਸਲੇ ਆ, ਜਾਂ ਤਾਂ ਕੋਈ ਸੰਵਿਧਾਨਿਕ ਪੋਸਟ ਜਿਹਦੇ ਉੱਤੇ ਸਹੀ ਪਵਾਉਣੀ ਆ, ਜਾਂ ਕੋਈ ਪੁਰਾਣਾ ਬਿੱਲ ਅੱਗੇ ਵਧਾਉਣਾ, ਜਾਂ ਵਿਚਾਰਤੀ ਰੱਦੋ ਬਦਲ ਲਈ ਸਮਾਂ ਲੈਣਾ ਹੈ ਤਾਂ ਹੀ ਉਹ ਸ਼੍ਰੀਮਤੀ ਸੋਨੀਆ ਗਾਂਧੀ ਨੂੰ ਮਿਲਣ ਤੋਂ ਪਹਿਲਾਂ ਇੱਕ ਵਾਰੀ ਗੱਲ ਕਰ ਜਾਣ। ਅਤੇ ਤੀਜਾ ਸਵਾਲ, ਕੀ ਕਿਸਾਨੀ ਮਾਮਲਿਆਂ 'ਤੇ ਕੇਂਦਰ ਕਿਸੇ ਤਰੀਕੇ ਨਾਲ ਵਾਇਆ ਰਾਜਪਾਲ ਗਵਰਨਰ ਕੋਈ ਗੱਲ ਅੱਗੇ ਵਧਾਉਣਾ ਚਾਹ ਰਿਹਾ? ਤੁਹਾਨੂੰ ਲੱਗਦਾ ਇਹ ਸਾਰਾ ਜਿਹੜੀ ਕਵਾਇਦ ਆ ਇਹਦੇ ਵਿੱਚੋਂ ਪੰਜਾਬ ਲਈ ਕੁਛ ਅਲੱਗ ਤਰ੍ਹਾਂ ਦੀ ਖਬਰ ਨਿਕਲਦੀ ਹੈ? ਰੰਧਾਵਾ ਜੀ, ਸਾਨੂੰ ਇਹ ਤਾਂ ਨਹੀਂ ਪਤਾ ਕਿ ਅੰਦਰ ਕੀ ਗੱਲਬਾਤ ਹੋਈ। ਪਹਿਲੀ ਗੱਲ ਚੱਕੀਏ, ਜੇ ਇਹ ਕੈਬਨਿਟ ਐਕਸਪੈਂਸ਼ਨ ਤੋਂ ਪਹਿਲੇ ਦੀ ਕਵਾਇਦ ਹੈ, ਹਜੇ ਤੱਕ ਕਦੇ ਵੀ ਨਹੀਂ ਹੋਇਆ ਕਿ ਕੈਬਨਿਟ ਐਕਸਪੈਂਸ਼ਨ ਦਾ ਅਨਾਊਂਸਮੈਂਟ ਤੋਂ ਪਹਿਲੇ ਕੋਈ ਵੀ ਮੁੱਖ ਮੰਤਰੀ ਪਹਿਲੇ ਗਵਰਨਰ ਤੋਂ ਮਿਲ ਕੇ ਕੈਬਨਿਟ ਐਕਸਪੈਂਸ਼ਨ ਦਾ ਟਾਈਮ ਲੈਂਦਾ, ਉਸ ਤੋਂ ਬਾਅਦ ਕੈਬਨਿਟ ਐਕਸਪੈਂਸ਼ਨ ਨੂੰ ਅਨਾਊਂਸ ਕਰਦਾ। ਕਿਸਾਨੀ ਮੁੱਦੇ ਦੇ ਉੱਤੇ ਕੋਈ ਹੱਲ ਲੱਭਣ ਵਾਸਤੇ ਹੋ ਸਕਦਾ ਹੈ ਕਿ ਗਵਰਨਰ ਸਾਹਿਬ ਦੀ ਡਿਊਟੀ ਕੁਛ ਬੀਜੇਪੀ ਕੇਂਦਰ ਸਰਕਾਰ ਨੇ ਵੀ ਲਾਈ ਹੋਏ ਉਹਨਾਂ ਮੁੱਦਿਆਂ ਦੇ ਉੱਤੇ ਗੱਲਬਾਤ ਦਾ, ਜਿਹਨਾਂ ਗੱਲਾਂ ਦਾ ਜ਼ਿਕਰ ਅਸੀਂ ਇਸ ਪ੍ਰੋਗਰਾਮ ਦੇ ਰਾਹੀਂ ਕਈ ਵਾਰ ਕਰ ਚੁੱਕੇ ਹਾਂ ਕਿ ਬੀਜੇਪੀ ਵੀ ਚਾਹੁੰਦੀ ਹੈ ਕਿ ਕਿਸਾਨੀ ਮੁੱਦੇ ਦਾ ਕੋਈ ਹੱਲ ਨਿਕਲੇ, ਪਰ ਦੂਜੇ ਪਾਸੇ ਉਹ ਆਪਣੇ ਆਪ ਨੂੰ ਹਾਰੀ ਹੋਈ ਵੀ ਨਹੀਂ ਦਿਖਾਉਣਾ ਚਾਹੁੰਦੀ। ਜੇ ਅੱਜ ਉਹ ਤਿੰਨੋਂ ਕਾਨੂੰਨ ਨੂੰ ਰੱਦ ਕਰਨ ਵਾਸਤੇ ਮੰਨ ਜਾਂਦੇ ਨੇ ਤੇ ਉਹਦਾ ਪੋਲੀਟੀਕਲ ਲਾਹਾ ਉਹਨਾਂ ਨੂੰ ਬਹੁਤਾ ਨਹੀਂ ਮਿਲਣਾ, ਪਰ ਲੋਕਾਂ ਦੇ ਵਿੱਚ ਇਹ ਗੱਲ ਜਾਣੀ ਹੈ ਕਿ ਬੀਜੇਪੀ ਕਿਸਾਨਾਂ ਦੇ ਅੰਦੋਲਨ ਤੋਂ ਡਰ ਗਈ। ਸਿਰਫ ਇਹ ਇੰਪ੍ਰੈਸ਼ਨ ਬਾਹਰ ਨਾ ਜਾਏ, ਇਸ ਕਰਕੇ ਇਹਦੇ ਇਸ ਤਰੀਕੇ ਦੇ ਮਸਲਿਆਂ ਦਾ ਹੱਲ ਬੰਦ ਕਮਰਿਆਂ ਦੇ ਵਿੱਚ ਲੱਭਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਔਰ ਉਸ ਕਵਾਇਦ ਦੇ ਚਸ਼ਮੇ ਦੇ ਵਿੱਚ ਅੱਜ ਗਵਰਨਰ ਤੇ ਕੈਪਟਨ ਅਮਰਿੰਦਰ ਸਿੰਘ ਦੀ ਮੀਟਿੰਗ ਨੂੰ ਦੇਖੀਏ ਤੇ ਹੋ ਸਕਦਾ ਹੈ ਮੁੱਦਾ ਅੱਜ ਵੀ ਉਹੀ ਹੋਏ ਕਿ ਕਿਸੇ ਵੀ ਤਰੀਕੇ ਨਾਲ ਕਿਸਾਨੀ ਮੁੱਦੇ ਦਾ ਹੱਲ ਲੱਭਿਆ ਜਾਏ। ਪਰ ਅੰਦਰ ਕੀ ਗੱਲਬਾਤ ਹੋਈ ਹੈ
ਉਹਦਾ ਖੁਲਾਸਾ ਹਜੇ ਬਾਹਰ ਨਹੀਂ ਆਇਆ। ਜਿਹੜੀ ਫਾਰਮੈਲਿਟੀ ਵਾਲੀ ਮੀਟਿੰਗ ਹੁੰਦੀ ਹੈ ਜਿਹੜੀ ਨਾਰਮਲੀ ਮੁੱਖ ਮੰਤਰੀ ਔਰ ਗਵਰਨਰ ਦੀ, ਸਵਾਏ ਯੂਨੀਅਨ ਟੈਰੀਟਰੀ ਦੇ ਵਿੱਚ, ਚਾਹੇ ਤੁਸੀਂ ਉਹ ਪੁਡੂਚੇਰੀ ਦੀ ਗੱਲ ਦੇਖੋ ਤੇ ਪੁਡੂਚੇਰੀ ਦੇ ਵਿੱਚ ਜਦ ਕਦੀ ਮੁੱਖ ਮੰਤਰੀ ਲੈਫਟੀਨੈਂਟ ਗਵਰਨਰ ਨੂੰ ਮਿਲਣ ਜਾਂਦਾ ਸੀਗਾ ਤੇ ਕੋਈ ਨਾ ਕੋਈ ਸਿਆਸੀ ਰਫੜ ਪੈਂਦਾ ਹੁੰਦਾ ਸੀਗਾ। ਪਰ ਜਿਹੜੇ ਪੂਰਨ ਰਾਜ ਹੈਗੇ ਨੇ, ਜਿਹੜੇ ਪੂਰੇ ਤਰੀਕੇ ਦੇ ਸਟੇਟਸ ਹੈਗੇ ਨੇ, ਉਹਦੇ ਵਿੱਚ ਗਵਰਨਰ ਦੀ ਮੀਟਿੰਗ ਔਰ ਮੁੱਖ ਮੰਤਰੀ ਦੇ ਨਾਲ ਬੜੀ ਇੱਕ ਰਸਮੀ ਜੀ ਹੁੰਦੀ ਹੈ, ਸਿਵਾਏ ਵੈਸਟ ਬੰਗਾਲ ਤੋਂ, ਜਿਹਦੇ ਵਿੱਚ ਇੱਕ ਦੂਸਰੇ ਦੇ ਪ੍ਰਤੀ ਉਹ ਐਲੀਗੇਸ਼ਨ ਤੱਕ ਲਾਉਂਦੇ ਨੇ ਔਰ ਗਵਰਨਰ ਮੁੱਖ ਮੰਤਰੀ ਦਾ ਲਿਖਿਆ ਹੋਇਆ ਸਦਨ ਦੇ ਵਿੱਚ ਲੇਖ ਪੜ੍ਹਨ ਤੋਂ ਵੀ ਮਨਾ ਕਰ ਦਿੰਦੇ ਨੇ। ਕੁਛ ਏਦਾਂ ਦੀ ਜਿਹੜੀ ਗੈਰ ਸਮਾਨਿਆ ਗੱਲਾਂ ਹੈ, ਅਸਮਾਨਿਆ ਗੱਲਾਂ ਹੈ, ਉਹ ਤੇ ਹੋਈਆਂ। ਪਰ ਅੱਜ ਦੀ ਮੀਟਿੰਗ ਦੇ ਵਿੱਚ ਕੁੱਝ ਨਾ ਕੁੱਝ ਏਦਾਂ ਦਾ ਜ਼ਰੂਰ ਹੈਗਾ ਜੋ ਛੁਪਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਨੋਰਮਲੀ ਜਦ ਮੁੱਖ ਮੰਤਰੀ ਗਵਰਨਰ ਨੂੰ ਮਿਲਦੇ ਨੇ ਤੇ ਪਹਿਲੇ ਹੀ ਵਿਸ਼ਾ ਦੱਸਿਆ ਜਾਂਦਾ ਹੈ, ਏਜੰਡਾ ਦੱਸਿਆ ਜਾਂਦਾ ਵੀ ਇਸ ਮੁੱਦੇ ਤੇ ਉਹ ਮਿਲਣ ਜਾ ਰਹੇ। ਪਰ ਅੱਜ ਕੋਈ ਏਜੰਡਾ ਨਹੀਂ ਦੱਸਿਆ ਗਿਆ, ਸਿਰਫ ਮੀਂਹ ਦੇ ਵਿੱਚ ਮੁੱਖ ਮੰਤਰੀ ਦੀ ਗੱਡੀਆਂ ਰਾਜ ਭਵਨ ਦੇ ਦਰਵਾਜ਼ੇ ਦੇ ਵਿੱਚ, ਦਰਵਾਜ਼ਾ ਖੁੱਲਦਾ ਅੰਦਰ ਚਲੀ ਜਾਂਦੀ ਹੈ ਤੇ ਉਸ ਤੋਂ ਬਾਅਦ ਸਿਰਫ ਇਹੀ ਦੱਸਿਆ ਜਾਂਦਾ ਵੀ ਅੰਦਰ ਇੱਕ ਡੇਢ ਘੰਟੇ ਦੀ ਮੁਲਾਕਾਤ ਹੋਈ। ਉਸ ਮੁਲਾਕਾਤ ਦਾ ਸਿੱਟਾ ਕੀ ਨਿਕਲਿਆ, ਸਾਨੂੰ ਵੀ ਉਸ ਗੱਲ ਦਾ ਇੰਤਜ਼ਾਰ ਹੈ ਜੀ। ਭਾਸਕਰ ਸਾਹਿਬ, ਇਹ ਜਿਹੜੀ ਸਾਰੀ ਦੀ ਸਾਰੀ ਕਵਾਇਦ ਆ, ਜਿਹੜੀ ਕਵਾਇਦ ਅਸੀਂ ਹੁਣ ਦੇਖ ਰਹੇ ਹਾਂ ਪੰਜਾਬ ਦੇ ਵਿੱਚ ਸਿਆਸੀ ਮਾਹੌਲ ਨੂੰ ਲੈ ਕੇ, ਜਿਹਦੇ ਵਿੱਚ ਆਮ ਆਦਮੀ ਪਾਰਟੀ ਵੀ ਹਵਾ ਦਾ ਰੁੱਖ ਵੇਖ ਰਹੀ ਆ ਤੇ ਅਕਾਲੀ ਦਲ ਦੇ ਘਰੇ ਵੀ ਸਭ ਕੁਝ ਅੱਛਾ ਨਹੀਂ ਗਾ। ਅਕਾਲੀ ਦਲ ਦੇ ਸਰਦਾਰ ਆਦੇਸ਼ ਪ੍ਰਤਾਪ ਸਿੰਘ ਕੈਰੋਂ, ਜਿਹੜੇ ਕਿ ਪੋਤਰੇ ਨੇ ਸਾਬਕਾ ਮੁੱਖ ਮੰਤਰੀ ਪ੍ਰਤਾਪ ਸਿੰਘ ਕੈਰੋਂ ਦੇ ਔਰ ਬਾਦਲ ਸਾਹਿਬ ਦੇ ਦਮਾਦ ਨੇ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦੇ, ਉਹ ਆਪਣੇ ਹਲਕੇ 'ਚ ਬੈਠੇ ਆ। ਤੁਹਾਨੂੰ ਯਾਦ ਹੋਊ ਉਹਨਾਂ ਨੇ ਅਨਾਊਂਸ ਕਰਤਾ ਸੀ ਕਿ ਖੇਮਕਰਨ ਹਲਕਾ ਜਿਹੜਾ ਵਿਰਸਾ ਸਿੰਘ ਵਲਟੋਆ ਦਾ, ਇੱਥੋਂ ਮੇਰੇ ਪਰਿਵਾਰ ਦਾ ਕੋਈ ਜੀ ਇਲੈਕਸ਼ਨ ਲੜੂਗਾ। ਉਹ ਸੁਣਿਆ ਹੈ ਕਿ ਉੱਥੇ ਪੂਰੇ ਮਾਝੇ ਦੀਆਂ ਗਤੀਵਿਧੀਆਂ ਚਲਾ ਰਹੇ ਆ ਔਰ ਉਹਨਾਂ ਹਲਕਿਆਂ ਦੇ ਪੰਚ ਸਰਪੰਚ ਵੀ ਉਹਨਾਂ ਨੂੰ ਮਿਲਣ ਆ ਰਹੇ ਆ। ਤੇ ਇਸੇ ਹੀ ਹਲਕੇ ਦੇ ਵਿੱਚ, ਪੂਰੇ ਮਾਝੇ ਦੇ ਵਿੱਚ ਬਿਕਰਮ ਸਿੰਘ ਮਜੀਠੀਆ ਬੈਠੇ ਆ, ਜਿਹੜੇ ਸੁਖਬੀਰ ਦੇ ਬਹੁਤ ਨੇੜੇ ਦੇ ਰਿਸ਼ਤੇਦਾਰ ਆ। ਸੋ ਇਹ ਲੜਾਈ ਜਿਹੜੀ ਪੂਰੇ ਪੰਜਾਬ ਦੀ ਸੀ, ਹੁਣ ਇੱਕ ਸੀਮਤ ਹੋਈ ਆ ਖਿੱਤੇ 'ਚ। ਜਵਾਈ ਭਾਈ ਨੂੰ ਔਖਾ ਹੁੰਦਾ ਮਨਾ ਕਰਨਾ, ਤੇ ਜੇਕਰ ਉਹ ਵੀ ਪ੍ਰਕਾਸ਼ ਸਿੰਘ ਬਾਦਲ ਵਰਗੇ ਜਿਹੜੇ ਤਗੜੇ ਸਿਆਸਤਦਾਨ ਹੈ ਉਹਨਾਂ ਦੇ ਹੁੰਦਿਆਂ, ਇਹ ਰਫੜ ਮੈਨੂੰ ਲੱਗਦਾ ਅਕਾਲੀ ਦਲ ਲਈ ਵਾਹਵਾ ਔਖੀ ਘਾਟੀ ਆ ਨਜਿੱਠਣਾ। ਇਹ ਲੜਾਈ ਰੰਧਾਵਾ ਜੀ ਪਹਿਲੇ ਵੀ ਚਲੀ ਸੀ ਇੱਕ ਵਾਰ, ਔਰ ਉਹ ਭਾਵੇਂ ਉਹ ਲੜਾਈ ਕੋਈ ਸਿੱਟੇ ਤੱਕ ਨਹੀਂ ਪਹੁੰਚੀ, ਪਰ ਉਹਦਾ ਮੰਤਰਾਲਿਆ ਆਦੇਸ਼ ਪ੍ਰਤਾਪ ਕੈਰੋਂ ਉਹਨਾਂ ਨੂੰ ਮਿਲੋ, ਉੱਥੇ ਤੱਕ ਹੀ ਸੀਮਿਤ ਸੀਗੀ। ਪਰ ਅੰਦਰੂਨੀ ਲੜਾਈ ਇਹ ਕਾਫੀ ਟਾਈਮ ਤੋਂ ਚੱਲਦੀ ਪਈ ਹੈ। ਈਵਨ ਬਾਦਲ ਸਾਹਿਬ ਦੀ ਜਿਹੜੀ ਬੇਟੀ ਹੈਗੀ ਹੈ ਮਨਪ੍ਰੀਤ ਕੌਰ, ਉਹਨਾਂ ਨੇ ਵੀ ਕਈ ਵਾਰ ਇਲੈਕਸ਼ਨ ਲੜਨ ਦੀ ਆਪਣੀ ਚਾਹ ਪ੍ਰਗਟ ਕੀਤੀ ਹੈ, ਪਰ ਕਿਸੇ ਨਾ ਕਿਸੇ ਜਗ੍ਹਾ ਉਹ ਉਹਨਾਂ ਨੂੰ ਰੋਕ ਦਿੱਤਾ ਗਿਆ। ਪਰ ਪਿਛਲੇ ਕੁਛ ਦਿਨਾਂ ਤੋਂ, ਜਦ ਤੋਂ ਦਿੱਲੀ ਦੇ ਮੁੱਖ ਮੰਤਰੀ ਕੇਜਰੀਵਾਲ ਪੰਜਾਬ ਆ ਕੇ ਇਹ ਗੱਲ ਕਹਿ ਗਏ ਨੇ ਕਿ ਬੜੀ ਛੇਤੀ ਤੁਹਾਨੂੰ ਮੁੱਖ ਮੰਤਰੀ ਦਾ ਚਿਹਰਾ ਦੇਵਾਂਗੇ ਜਿਹੜਾ ਸਿੱਖ ਹੋਏਗਾ ਔਰ ਪੰਜਾਬ ਦੇ ਲੋਕ ਉਹਨੂੰ ਪਿਆਰ ਕਰਦੇ ਹੋਣਗੇ। ਉਸ ਤੋਂ ਬਾਅਦ ਗੱਲ ਪਹਿਲੇ ਸਿੱਧੂ ਵੱਲ ਜਾਂਦੀ ਸੀਗੀ, ਸਿੱਧੂ ਚਲੋ ਸੈੱਟ ਹੋ ਗਿਆ ਆਪਣੀ ਪਾਰਟੀ ਦੇ ਵਿੱਚ ਹੀ, ਹੁਣ ਗੱਲ ਚੱਲਦੀ ਸੀਗੀ ਜਿਹੜੇ ਰਾਜੇਵਾਲ ਉਹਨਾਂ ਦੀ, ਉਹਨਾਂ ਨੇ ਵੀ ਮਨਾ ਕਰਤਾ। ਪਿੱਛੇ ਸੀਚੇਵਾਲ ਉਹਨਾਂ ਦੀ ਵੀ ਗੱਲ ਕੀਤੀ, ਜਿਨ੍ਹਾਂ ਦਾ ਨਾਮ ਵੀ ਬਲਬੀਰ ਸਿੰਘ ਸੀਚੇਵਾਲ ਹੈਗੇ, ਉਹਨਾਂ ਨੇ ਵੀ ਨਾ ਕਰਤਾ। ਤੇ ਆਦੇਸ਼ ਪ੍ਰਤਾਪ ਕੈਰੋਂ ਦਾ ਵੀ ਕਿਸੇ ਨਾ ਕਿਸੇ ਜਗ੍ਹਾ ਨਾਂ ਦਬੀ ਜ਼ੁਬਾਨ ਦੇ ਵਿੱਚ ਅੱਗੇ ਆਇਆ। ਉਹਦਾ ਕਾਰਨ ਇਹ ਸੀਗਾ ਕਿ ਆਦੇਸ਼ ਪ੍ਰਤਾਪ ਕੈਰੋਂ ਨਾ ਆਪਣੀ ਪਾਰਟੀ ਤੋਂ ਕੋਈ ਬਹੁਤ ਖੁਸ਼ ਨਹੀਂ ਹੈਗੇ। ਯਾਨੀ ਅਕਾਲੀ ਦਲ ਦੇ ਵਿੱਚ ਅਗਰ ਵੱਡੇ ਲੀਡਰਾਂ ਦਾ ਨਾਂ ਬਾਦਲ ਸਾਹਿਬ, ਵੱਡੇ ਬਾਦਲ ਸਾਹਿਬ ਤੋਂ ਬਾਅਦ ਲਿੱਤਾ ਜਾਏ ਤੇ ਮਜੀਠੀਆਂ ਉਹਨਾਂ ਤੇ ਸੁਖਬੀਰ ਬਾਦਲ ਹੋਣੇ ਆ। ਤੁਸੀਂ ਆਦੇਸ਼ ਪ੍ਰਤਾਪ ਕੈਰੋਂ ਦਾ ਵੱਡੇ ਅਕਾਲੀ ਲੀਡਰ ਵਜੋਂ ਕਦੀ ਨਾਂ ਨਹੀਂ ਸੁਣਿਆ ਹੋਏਗਾ। ਹੁਣ ਵੱਡੇ ਬਣਨ ਦੀ ਚਾਹ ਤੇ ਹਰ ਇੱਕ ਦੇ ਵਿੱਚ ਹੁੰਦੀ ਹੈ, ਉਹ ਵੀ ਜੀਜਿਆਂ ਦੇ ਵਿੱਚ, ਔਰ ਹੁਣ ਸੁਖਬੀਰ ਬਾਦਲ ਉਹਨਾਂ ਦੇ ਜੀਜਾ, ਯਾਨੀ ਆਦੇਸ਼ ਪ੍ਰਤਾਪ ਕੈਰੋਂ ਉਹਨਾਂ, ਉਹ ਵੀ ਵੱਡੇ ਹੋਣ ਦੀ ਚਾਹ ਦੇ ਵਾਸਤੇ ਕੁਛ ਏਦਾਂ ਦੀ ਗੱਲਾਂ ਸੁਣਨ 'ਚ ਵੀ ਆ ਰਹੀਆਂ। ਔਰ ਜਿੱਥੋਂ ਧੂੰਆਂ ਉੱਠਦਾ ਉੱਥੇ ਅੱਗ ਤੇ ਲੱਗੀ ਹੀ ਹੁੰਦੀ ਹੈ, ਤੇ ਇਹ ਅੱਗ ਤੇ ਲੱਗੀ ਹੈ, ਇਹ ਅੱਗ 'ਚੋਂ ਧੂੰਆਂ ਕਿੰਨੀ ਦੇਰ ਨਿਕਲਦਾ ਔਰ ਉਹ ਅੱਗ ਉਸ ਸਿਆਸੀ ਅੱਗ ਨੂੰ ਕਿਸ ਪਾਸੇ ਲੈ ਕੇ ਜਾਂਦੀ ਹੈ, ਇਹ ਬੜੀ ਛੇਤੀ ਪਤਾ ਲੱਗ ਜਾਏ। ਕਿਉਂਕਿ ਹਜੇ ਬਹੁਤ ਸਾਰੇ ਲੀਡਰ ਹੈਗੇ ਹੈ ਜੋ ਆਪਣੀ ਆਪਣੀ ਪਾਰਟੀ ਦੇ ਵਿੱਚ ਵੱਡੇ ਲੀਡਰਾਂ ਵਜੋਂ ਉਹਨਾਂ ਦਾ ਨਾਂ ਵੱਜਦਾ, ਉਹ ਵੀ ਦੂਜੀ ਪਾਰਟੀਆਂ ਦੇ ਘਰਾਂ ਦੇ ਵਿੱਚ ਝਾਕ ਕੇ ਦੇਖ ਰਹੇ ਨੇ ਕਿ ਵੀ ਆਹ ਜਿਹੜੇ ਸਿੱਖ ਚਿਹਰੇ ਦੀ ਗੱਲ ਕਰਦੇ ਨੇ, ਇਹ ਸ਼ੀਸ਼ੇ 'ਚ ਦੇਖ ਕੇ ਕਿੱਥੇ ਉਹ ਸਿੱਖ ਚਿਹਰਾ ਮੈਂ ਨਹੀਂ ਹੋ ਸਕਦਾ। ਤੇ ਇਸ ਕਰਕੇ ਬਹੁਤ ਅਕਾਲੀਆਂ ਨੇ ਜਿਹੜੇ ਸਿੱਖ ਚਿਹਰੇ ਵੱਡੇ ਵੱਡੇ ਸੀਗੇ, ਉਹਨਾਂ ਨੇ ਨਵੇਂ ਸ਼ੀਸ਼ੇ ਤਾਂ ਖਰੀਦ ਲਏ ਨੇ ਔਰ ਉਹਨਾਂ ਸ਼ੀਸ਼ਿਆਂ ਦੇ ਵਿੱਚ ਆਪਣੀ ਸ਼ਕਲ ਦੇਖ ਕੇ ਕੇਜਰੀਵਾਲ ਦੇ ਚਸ਼ਮੇ ਦੇ ਵਿੱਚੋਂ ਆਪਣੇ ਆਪ ਨੂੰ ਫਿੱਟ ਕਰਨ ਦੀ ਕੋਸ਼ਿਸ਼ ਕਰਦੇ ਨੇ ਕਿ ਅਗਰ ਅਸੀਂ ਹਾਂ ਉਹ ਚਿਹਰਾ ਜਿਹਨੂੰ ਕੇਜਰੀਵਾਲ ਲੱਭਦਾ ਹੈ, ਤੇ ਕਿਉਂ ਨਾ ਆਪਾਂ ਝਾੜੂ ਦੇ ਉੱਤੇ ਚੜ੍ਹ ਕੇ, ਜਿੱਦਾਂ ਕਹਿੰਦੇ ਹੈਰੀ ਪੋਟਰ ਵਾਲੀ ਗੱਲ,
ਅਸੀਂ ਵੀ ਮੁੱਖ ਮੰਤਰੀ ਬਣ ਜਾਈਏ ਤੇ ਇਹ ਗੱਲਾਂ ਆਦੇਸ਼ ਪ੍ਰਤਾਪ ਕੈਰੋ ਦੇ ਵਿੱਚ ਵੀ ਹੈਗੀ ਹੈ ਔਰ ਇੱਦਾਂ ਦੇ ਬਹੁਤ ਸਾਰੇ ਆਗੂ ਹੈਗੇ ਜੋ ਹਜੇ ਤੱਕ ਆਪਣੀ ਪਹਿਚਾਣ ਬਣਾਉਣ ਵਾਸਤੇ ਕਿ ਵੀ ਸਾਨੂੰ ਕੇਜਰੀਵਾਲ ਲੱਭ ਲਏ ਜੇ ਅਸੀਂ ਕੇਜਰੀਵਾਲ ਨੂੰ ਲੱਭ ਕੇ ਜਾਵਾਂਗੇ ਤੇ ਸਾਡੇ ਚਿਹਰੇ ਦੀ ਕਦਰ ਬਹੁਤੀ ਨਹੀਂ ਹੋਣੀ ਕੇਜਰੀਵਾਲ ਸਾਰੇ ਸਾਡੇ ਚਿਹਰੇ ਨੂੰ ਲੱਭ ਕੇ ਅਗਰ ਲੈ ਕੇ ਜਾਂਦਾ ਹੈ ਤੇ ਵਾਕਈ ਅਸੀਂ ਮੁੱਖ ਮੰਤਰੀ ਦੇ ਚਿਹਰੇ ਹੋ ਸਕਦੇ ਹਾਂ ਦੂਜੇ ਪਾਸੇ ਅੱਜ ਜਗਰੂਪ ਸਿੰਘ ਗਿੱਲ ਹੋਣਾ ਉਹ ਵੀ ਆਮ ਆਦਮੀ ਪਾਰਟੀ ਜੁਆਇਨ ਕਰ ਗਏ ਪਿੱਛੇ ਖੁੱਡੀਆਂ ਉਹਨਾਂ 'ਚ ਕਰ ਗਏ ਸੀਗੇ ਤੇ ਕਾਂਗਰਸ ਦੇ ਕਈ ਵੱਡੇ ਆਗੂ ਇਹ ਨਾ ਛੋਟੇ ਨਹੀਂ ਹੈਗੇ ਉਹ ਆਮ ਆਦਮੀ ਪਾਰਟੀ ਨੂੰ ਜੁਆਇਨ ਕਰਨ ਦੀ ਕਵਾਇਦ ਸ਼ੁਰੂ ਕਰ ਚੁੱਕੇ ਆ ਅਕਾਲੀਆਂ ਦੇ ਵਿੱਚ ਵੀ ਬਹੁਤ ਸਾਰੇ ਇੱਦਾਂ ਦੇ ਆਗੂ ਆ ਜਿਹੜੇ ਆਮ ਆਦਮੀ ਪਾਰਟੀ ਵੱਲ ਜਾਣਾ ਚਾਹੁੰਦੇ ਨੇ ਕਿਉਂਕਿ ਜਿਹੜੀ ਸਿਆਸੀ ਸਮੀਕਰਨ ਅੱਜ ਦੀ ਡੇਟ 'ਚ ਕਹਿ ਰਹੇ ਨੇ ਕਿ ਹੰਗ ਅਸੈਂਬਲੀ ਆਉਣ ਦੇ ਚਾਂਸਿਸ ਬਹੁਤ ਜ਼ਿਆਦਾ ਹੈਗੇ ਕਿਉਂਕਿ ਕਾਂਗਰਸ ਨੇ ਸਿੱਧੂ ਬਨਾਮ ਕੈਪਟਨ ਦੀ ਲੜਾਈ ਦੇ ਵਿੱਚ ਆਪਣੇ ਆਪ ਨੂੰ ਕਾਫੀ ਸੀਟਾਂ ਪਿੱਛੇ ਲੈ ਗਏ ਨੇ ਔਰ ਦੂਜੇ ਪਾਸੇ ਕੇਜਰੀਵਾਲ ਉਹਨਾਂ ਦੀ ਸੀਟਾਂ ਭਾਵੇਂ ਨਾ ਵਧਣ ਜੇ ਉਹ 20-25 ਦਾ ਆਂਕੜਾ ਵੀ ਸੈੱਟ ਕਰਦੇ ਨੇ ਔਰ ਅਕਾਲੀ ਦਲ ਆਪਣਾ ਆਂਕੜਾ ਥੋੜ੍ਹਾ ਜਿਹਾ ਵਧਾਉਂਦਾ ਹੈ ਅਤੇ ਚੌਥੀ ਧਿਰ ਜਿਹੜੀ ਹੈਗੀ ਹੈ ਉਹ ਵੀ 2-4 ਸੀਟਾਂ 5-10 ਸੀਟਾਂ ਲੈ ਜਾਂਦੀ ਹੈ ਅਤੇ ਇਹ ਲੱਗਦਾ ਹੈ ਕਿ ਪੰਜਾਬ ਦੇ ਵਿੱਚ ਆਉਣ ਵਾਲੇ ਟਾਈਮ ਵਿੱਚ ਹੰਗ ਅਸੈਂਬਲੀ ਆਉਣਗੀਆਂ ਅਤੇ ਉਹ ਸਮੀਕਰਨ ਜਿੱਦਾਂ ਅਸੀਂ ਕਹਿੰਦੇ ਹਾਂ ਵੀ ਅਕਾਲੀਆਂ ਦਾ ਅਤੇ ਕਾਂਗਰਸ ਦਾ ਅਲਾਇੰਸ ਤਾਂ ਹੋ ਹੀ ਨਹੀਂ ਸਕਦਾ ਭਾਜਪਾ ਦਾ ਅਤੇ ਅਕਾਲੀ ਦਲ ਦਾ 9 ਮਾਹ ਦਾ ਰਿਸ਼ਤਾ ਪਹਿਲੇ ਟੁੱਟ ਚੁੱਕਿਆ ਹੈ ਆਮ ਆਦਮੀ ਪਾਰਟੀ ਅਤੇ ਕਾਂਗਰਸ ਦਿੱਲੀ ਦੇ ਵਿੱਚ ਇੱਕ ਵਾਰ ਪਹਿਲੇ ਜੁੜ ਕੇ ਦੇਖ ਚੁੱਕੇ ਨੇ ਕਿ ਉਹ ਕਵਾਇਦ ਪੰਜਾਬ ਵਿੱਚ ਦੁਬਾਰਾ ਰਿਪੀਟ ਤਾਂ ਨਹੀਂ ਹੋਏਗੀ ਯਾਨੀ ਕੌਣ ਉਪ ਮੁੱਖ ਮੰਤਰੀ ਕੌਣ ਬਣੇਗਾ ਇਹਦੇ ਉੱਤੇ ਵੀ ਬੜੀ ਵੱਡੀ ਸਿਆਸਤ ਚੱਲ ਰਹੀ ਹੈ ਕਿਉਂਕਿ ਮੁੱਖ ਮੰਤਰੀ ਤਾਂ ਚਲੋ ਵੱਡੀ ਪਾਰਟੀ ਵਾਲਾ ਹੀ ਬੰਦਾ ਬਣੇਗਾ ਪਰ ਛੋਟੀ ਪਾਰਟੀਆਂ ਦੇ ਵਿੱਚੋਂ ਉਪ ਮੁੱਖ ਮੰਤਰੀ ਬਣ ਸਕਦਾ ਹੈ ਇਸ 'ਤੇ ਵੀ ਸਾਰੇ ਪੋਲੀਟੀਸ਼ੀਅਨਸ ਦੀ ਵੀ ਔਰ ਪੋਲੀਟੀਕਲ ਪਾਰਟੀਆਂ ਦੀ ਨਜ਼ਰ ਹੈਗੀ ਹੈ ਕਿਉਂਕਿ ਹੰਗ ਅਸੈਂਬਲੀ ਵੱਲ ਫਿਲਹਾਲ ਪੰਜਾਬ ਦੇ ਸਿਆਸੀ ਸਮੀਕਰਨ ਇਸ਼ਾਰਾ ਕਰ ਰਹੇ ਭਾਸਕਰ ਸਾਹਿਬ ਜਾਂਦੇ ਜਾਂਦੇ ਸਿਰਫ ਮੈਨੂੰ ਲੱਗਦਾ 1 ਮਿੰਟ 'ਚ ਅਸੀਂ ਉਹ ਗੱਲ ਮੁਕਾਉਣੀ ਆ ਸਰਦਾਰ ਬਲਵੰਤ ਸਿੰਘ ਰਾਮੂ ਵਾਲੀ ਆ ਰਾਜ ਦੇਸ਼ ਦੀ ਰਾਜਨੀਤੀ ਔਰ ਪੰਜਾਬ ਦੀ ਰਾਜਨੀਤੀ 'ਚ ਲਗਾਤਾਰ ਸਰਗਰਮ ਰਹੇ ਦੇਸ਼ ਦੀ ਰਾਜਨੀਤੀ 'ਚ ਮੇਰੇ ਖਿਆਲ ਕੋਈ ਵਿਅਕਤੀ ਇਹੋ ਜਿਹਾ ਨਹੀਂ ਹੋਣਾ ਜਿਹੜਾ ਕੈਬਨਿਟ ਰੈਂਕ ਬਿਨਾਂ ਕਿਸੇ ਵੱਡੀ ਪੈਕ ਦੇ ਲੈ ਗਿਆ ਹੋਵੇ ਬਹੁਤ ਜ਼ਿਆਦਾ ਕਿਸੇ ਪਾਰਟੀ ਦਾ ਪ੍ਰੈਸ਼ਰ ਨਹੀਂ ਸੀ ਇਕਲੌਤੇ ਵਿਅਕਤੀ ਵਜੋਂ ਉਹਨਾਂ ਨੇ ਆਪਣੀ ਜਿਹੜੀ ਕਾਬਲੀਅਤ ਦਰਜ ਕਰਾਈ ਅੱਜ ਉਹਨਾਂ ਨੂੰ ਇੱਕ ਤਗੜਾ ਝਟਕਾ ਲੱਗ ਗਿਆ ਉਹਨਾਂ ਦੀ ਪੁੱਤਰੀ ਉਹਨਾਂ ਨੂੰ ਬਿਨਾਂ ਦੱਸੇ ਭਾਰਤੀ ਜਨਤਾ ਪਾਰਟੀ ਸ਼ਾਮਲ ਹੋ ਜਾਂਦੇ ਉਸ ਤੋਂ ਬਾਅਦ ਜਿਹੜਾ ਉਹਨਾਂ ਦਾ ਦਰਦ ਸੀ ਉਹ ਬੜਾ ਉਛਲਿਆ ਪਹਿਲਾਂ ਉਹਨਾਂ ਨੇ ਕਿਹਾ ਜੀ ਮੇਰਾ ਕੋਈ ਨਾਤਾ ਹੀ ਨਹੀਂ ਹੁਣ ਇਸ ਤੋਂ ਬਾਅਦ ਸਾਨੂੰ ਪੁੱਛਿਆ ਹੀ ਨਹੀਂ ਫਿਰ ਉਹ ਆਪਣੇ ਪਰਿਵਾਰ ਦੇ ਜੀਆਂ ਨਾਲ ਸ਼ਾਮ ਨੂੰ ਪ੍ਰੈਸ ਕਾਨਫਰੰਸ ਕਰਦੇ ਆ ਅਤੇ ਉਹ ਜਿਹੜੀਆਂ ਗੱਲਾਂ ਕਰਦੇ ਆ ਉਹਨਾਂ ਦਾ ਦਰਦ ਦੇਖਣ ਵਾਲਾ ਹੈ ਇਹਦਾ ਮਤਲਬ ਬੀਜੇਪੀ ਲਈ ਅਗਲੇ ਦਿਨ ਕਾਫੀ ਔਖੇ ਨੇ ਕੋਈ ਵੀ ਸਿਆਣਾ ਬੰਦਾ ਕੋਈ ਨਹੀਂ ਚਾਹੁੰਦਾ ਕਿ ਉਹ ਜਾਂ ਉਹਦਾ ਪਰਿਵਾਰ ਇਸ ਪਾਰਟੀ 'ਚ ਕਿਸਾਨਾਂ ਨਾਲ ਸਮਝੌਤਾ ਹੋਣ ਤੋਂ ਪਹਿਲਾਂ ਜਾਵੇ ਇਸ ਕਵਾਇਦ ਨੂੰ ਕਿਵੇਂ ਵੇਖਦੇ ਹੋ ਰਾਮੂ ਵਾਲੀਆ ਦਾ ਦਰਦ ਵਾਕਿਆ ਹੀ ਬਿਆਨਣਾ ਔਖਾ ਇੱਥੇ ਤੁਹਾਨੂੰ ਕੀ ਲੱਗਦਾ ਦੇਖੋ ਭਾਜਪਾ ਨੂੰ ਜਿਹੜੇ ਵੀ ਪੋਲੀਟੀਸ਼ੀਅਨ ਅੱਜ ਦੀ ਡੇਟ 'ਚ ਜੁਆਇਨ ਕਰ ਰਹੇ ਨੇ ਉਹਨਾਂ ਨੂੰ ਚੰਗੀ ਤਰ੍ਹਾਂ ਪਤਾ ਹੈ ਕਿ 2022 ਦੀ ਪੰਜਾਬ ਦੀ ਚੋਣਾਂ ਦੇ ਵਿੱਚ ਉਹਨਾਂ ਦਾ ਫਿਊਚਰ ਕੋਈ ਬਹੁਤ ਚੰਗਾ ਨਹੀਂ ਹੈਗਾ ਪਰ ਕਿਉਂਕਿ ਭਾਜਪਾ ਦੀ ਸਰਕਾਰ ਕੇਂਦਰ ਵਿੱਚ ਹੈਗੀ ਹੈ ਜੇ ਭਾਜਪਾ ਨਾਲ ਸਹੀ ਤਰੀਕੇ ਨਾਲ ਪੰਜਾਬ ਵਿੱਚ ਜੁੜ ਕੇ ਭਾਵੇਂ ਇਲੈਕਸ਼ਨ ਹਾਰ ਵੀ ਜਾਣ ਤਦ ਵੀ ਉਹਨਾਂ ਦੀ ਕੇਂਦਰ ਦੀ ਰਾਜਨੀਤੀ ਦੇ ਵਿੱਚ ਇੱਕ ਜਗ੍ਹਾ ਜੀ ਬਣ ਜਾਂਦੀ ਹੈ ਕਿਉਂਕਿ ਅੱਗੇ ਚੱਲ ਕੇ ਜਿਹੜੀ ਭਾਜਪਾ ਪੰਜਾਬ ਦੇ ਵਿੱਚ ਸਿਰਫ 3 ਲੋਕ ਸਭਾ ਸੀਟਾਂ ਦੇ ਵਿੱਚ ਇਲੈਕਸ਼ਨ ਲੜਦੀ ਸੀ ਅੱਗੇ ਚੱਲ ਕੇ 13 ਲੋਕ ਸਭਾ ਸੀਟਾਂ ਦੇ ਵਿੱਚ ਇਲੈਕਸ਼ਨ ਲੜਨੇ ਨੇ ਜੇ ਆਪਣੀ ਕਾਰਗੁਜ਼ਾਰੀ ਦੇ ਰਾਹੀਂ ਸੈਂਟਰਲ ਲੀਡਰਸ਼ਿਪ ਨੂੰ ਕੋਈ ਵੀ ਆਗੂ ਖੁਸ਼ ਕਰਨ ਦੇ ਵਿੱਚ ਕਾਮਯਾਬ ਹੋ ਸਕਦਾ ਹੈ ਔਰ ਆਪਣੀ ਜਗ੍ਹਾ ਪੰਜਾਬ ਦੇ ਵਿੱਚ ਇੱਕ ਵੱਡੇ ਪੋਲੀਟੀਸ਼ੀਅਨ ਦੇ ਰੂਪ ਵਿੱਚ ਬਣਾਉਣ ਵਿੱਚ ਕਾਮਯਾਬ ਹੋ ਜਾਂਦਾ ਹੈ ਅਤੇ ਉਹਨਾਂ ਦਾ ਲੋਕ ਸਭਾ ਦੇ ਵਿੱਚ ਇੱਕ ਫਿਊਚਰ ਬੜਾ ਚੰਗਾ ਹੋ ਸਕਦਾ ਹੈ ਹੁਣ ਗੱਲ ਰਹੀ ਰਾਮੂ ਵਾਲੀਆ ਉਹਨਾਂ ਦੀ ਬੇਟੀ ਦਾ ਅੱਜ ਭਾਜਪਾ ਨੂੰ ਜੁਆਇਨ ਕਰਨਾ ਉਹ ਉਹਨਾਂ ਦੀ ਸੋਚ ਹੋ ਸਕਦੀ ਹੈ ਰਾਮੂ ਵਾਲੀਆ ਉਹਨਾਂ ਨੂੰ ਸਮਝਣਾ ਬੜਾ ਔਖਾ ਹੈ ਕਿ ਉਹ ਆਪਣੀ ਬੇਟੀ ਦੀ ਇਸ ਨੂੰ ਗਲਤੀ ਕਹਿ ਰਹੇ ਨੇ ਅਤੇ ਇੱਕ ਸੂਝਬੂਝ ਕਹਿ ਰਹੇ ਨੇ ਭਾਵੇਂ ਉਹ ਮੀਡੀਆ ਦੇ ਸਾਹਮਣੇ ਲੋਕਾਂ ਦੇ ਸਾਹਮਣੇ ਆਪਣੀ ਬੇਟੀ ਦੀ ਇਸ ਐਕਟੀਵਿਟੀ ਨੂੰ ਬੜੀ ਗਲਤੀ ਵਜੋਂ ਪ੍ਰੋਜੈਕਟ ਕਰ ਰਹੇ ਨੇ ਪਰ ਅੰਦਰ ਖਤੇ ਕੀ ਹੈ ਕਿਉਂਕਿ ਰਾਮੂ ਵਾਲੀਆ ਉਹਨਾਂ ਨੂੰ ਸਮਝਣਾ ਬੜਾ ਔਖਾ ਹੈ ਉਹ ਪੰਜਾਬ ਦੇ ਵਿੱਚ ਪਹਿਲੇ ਅਕਾਲੀ ਦਲ ਨੂੰ ਗਾਲਾਂ ਕੱਢਦੇ ਨੇ ਫਿਰ ਅਕਾਲੀ ਦਲ ਦੇ ਇੱਕ ਸੀਨੀਅਰ ਆਗੂ ਬਣ ਜਾਂਦੇ ਨੇ ਫਿਰ ਅਚਾਨਕ ਹੀ ਅਕਾਲੀ ਦਲ ਤੋਂ ਨਿਕਲ ਕੇ ਸਿੱਧਾ ਯੂਪੀ ਤੋਂ ਨਿਕਲਦੇ ਨੇ ਅਤੇ 2-3 ਦਿਨ ਬਾਅਦ ਹੀ ਉਹ ਯੂਪੀ ਦੀ ਸਮਾਜਵਾਦੀ ਪਾਰਟੀ ਦੀ ਸਰਕਾਰ ਦੇ ਵਿੱਚ ਜੇਲ੍ਹ ਮੰਤਰੀ ਬਣ ਜਾਂਦੇ ਨੇ ਇੱਦਾਂ ਦੇ ਪੋਲੀਟੀਸ਼ੀਅਨ ਨੂੰ ਸਮਝਣਾ ਬਹੁਤ ਔਖਾ ਹੈ ਕਿਉਂਕਿ ਇੱਕ ਪੋਲੀਟੀਕਲ ਤੁਹਾਡਾ ਫੇਸ ਹੁੰਦਾ ਉਹ ਦੂਜਾ ਹੁੰਦਾ ਹੈ ਹੁਣੇ ਭਾਜਪਾ ਦੇ ਜੁਆਇਨ ਕਰਨ ਦੇ ਉੱਤੇ ਆਪਣੀ ਬੇਟੀ ਨੂੰ ਇਹ ਗੱਲ ਕਹਿਣੀ ਕਿ ਵੀ ਇਹ ਜ਼ਿੰਦਗੀ ਦੀ ਸਭ ਤੋਂ ਵੱਡੀ ਗਲਤੀ ਉਹਨਾਂ ਨੇ ਕੀਤੀ ਹੈ ਮੇਰੀ ਨੱਕ ਵੱਢ ਕੇ ਰੱਖਤੀ ਪਰ ਬਾਅਦ 'ਚੋਂ ਤੁਹਾਨੂੰ ਰਾਮੂ ਵਾਲੀ ਇਹ ਵੀ ਕਹਿੰਦੇ ਨਜ਼ਰ ਆਉਣ ਕਿ ਮੇਰੀ ਬੇਟੀ ਦੀ ਉਹ ਸਮਝਦਾਰੀ ਉਹਦਾ ਸਿਆਸੀ ਕਦ ਇੰਨਾ ਉੱਚਾ ਲੈ ਕੇ ਚਲੀ ਗਈ ਮੈਨੂੰ ਆਪਣੀ ਬੇਟੀ 'ਤੇ ਮਾਣ ਹੈ
ਤੁਹਾਨੂੰ ਇਤਰਾਜ਼ ਨਹੀਂ ਹੋਣਾ ਚਾਹੀਦਾ ਕਿਉਂਕਿ ਰਾਮੂ ਵਾਲੀ ਉਹਨਾਂ ਨੂੰ ਸਮਝਣਾ ਬੜਾ ਔਖਾ ਹੈ। ਇਹ ਦੂਜੀ ਪਾਰਟੀਆਂ ਦੇ ਵਿੱਚ ਅਕਸਰ ਸੂਹ ਲੈਂਦੇ ਹੋਏ ਨਜ਼ਰ ਆਉਂਦੇ ਨੇ। ਬਾਦਲ ਸਾਹਿਬ ਬੜਾ ਵਧੀਆ ਤਰੀਕੇ ਨਾਲ ਰਾਮੂ ਵਾਲੀਆਂ ਉਹਨਾਂ ਦੇ ਨੇਚਰ ਨੂੰ ਐਕਸਪਲੇਨ ਕਰਦੇ ਨੇ ਕਿ ਰਾਮੂ ਵਾਲੀਆਂ ਉਹਨਾਂ ਇੱਕ ਇੱਦਾਂ ਦੇ ਲੀਡਰ ਹੈਗੇ ਨੇ ਜੇ ਹਰ ਪਾਰਟੀ ਦੇ ਵਿੱਚ ਸੂਹ ਲੈਂਦੇ ਫਿਰਦੇ ਨੇ ਵੀ ਕੌਣ ਕਿੱਥੇ ਜਾ ਰਿਹਾ ਤੇ ਕੌਣ ਕਿੰਨਾ ਕੁ ਉੱਤੇ ਜਾਏਗਾ ਕਿੰਨਾ ਕੁ ਥੱਲੇ ਜਾਏਗਾ। ਜਿੱਦਾਂ ਰਾਮ ਵਿਲਾਸ ਪਾਸਵਾਨ ਉਹਨਾਂ ਨੂੰ ਕਦੀ ਕਿਹਾ ਜਾਂਦਾ ਸੀਗਾ ਕਿ ਇੱਕ ਤਰੀਕੇ ਨਾਲ ਪੋਲੀਟੀਕਲ ਮੌਨਸੂਨ ਜਾਂ ਮੌਸਮ ਨੂੰ ਸਮਝਣ ਵਾਸਤੇ ਰਾਮ ਵਿਲਾਸ ਪਾਸਵਾਨ ਇੱਕ ਇੱਦਾਂ ਦੇ ਮੰਤਰੀ ਇੱਕ ਅੱਧਾ ਦੇ ਪੋਲੀਟੀਸ਼ੀਅਨ ਹੈਗੇ ਆ, ਸਰਕਾਰ ਜਿਹਦੀ ਮਰਜ਼ੀ ਆਏ ਉਹਨਾਂ ਦਾ ਮੰਤਰਾਲਿਆ ਪੱਕਾ ਹੁੰਦਾ। ਏਦਾਂ ਹੀ ਰਾਮੂ ਵਾਲੀ ਉਹਨਾਂ ਦੇ ਵੀ ਪੋਲੀਟੀਕਲ ਸੂਝਬੂਝ ਬੜੀ ਜ਼ਬਰਦਸਤ ਹੈਗੀ ਹੈ ਔਰ ਉਸ ਸੂਝਬੂਝ ਦੇ ਰਾਹੀਂ ਉਹ ਕਦੋਂ ਕੀ ਡਿਸੀਜ਼ਨ ਲੈ ਲੈਣ ਸਮਝਣਾ ਸਾਡੇ ਤੁਹਾਡੇ ਵਰਗੇ ਲੋਕਾਂ ਵਾਸਤੇ ਬਹੁਤ ਔਖਾ ਹੈਗਾ। ਵਾਕਈ ਔਖਾ ਹੈ ਔਰ ਮੈਨੂੰ ਲੱਗਦਾ ਕਿ ਰਾਜਨੀਤੀ ਦੇ ਵਿੱਚ ਇਸ ਤਰ੍ਹਾਂ ਦੀ ਸਮਝ ਰੱਖਣ ਵਾਲਾ ਕਾਮਯਾਬ ਵਿਅਕਤੀ ਹੁੰਦਾ ਹੈ, ਲੇਕਿਨ ਕਈ ਵਾਰੀ ਤੁਹਾਡੇ ਅਥਰੂ ਜਿਹੜੇ ਆ ਉਹ ਸੱਚੇ ਵੀ ਹੁੰਦੇ ਨੇ। ਇਹ ਵੀ ਦੇਖਣਾ ਬਣਦਾ ਹੈ ਕਿ ਉਮਰ ਦੇ ਇਸ ਪੜਾਅ 'ਤੇ ਬੰਦਾ ਪੰਜਾਬ ਦੇ ਵਿੱਚ ਵਿਚਰਨ ਲਈ ਇਹ ਐਸੀ ਸਥਿਤੀ ਦੇ ਵਿੱਚ ਮੁਸ਼ਕਲ 'ਚ ਆਵੇ, ਇਹ ਵੀ ਕਿਸ ਵੇਲੇ ਦਰਦ ਵੱਡਾ ਹੋ ਜਾਂਦਾ। ਪਿੰਡ ਵੀ ਗੇੜੇ ਮਾਰਨੇ ਆ, ਲੋਕਾਂ ਦੇ ਘਰਾਓ ਵੀ ਨਜ਼ਰ ਆ ਰਹੇ ਆ, ਬੜੀਆਂ ਮੁਸ਼ਕਲਾਂ ਨੇ ਔਰ ਜੇਕਰ ਰਾਮੂ ਵਾਲੀ ਦੇ ਖਾਤੇ 'ਚ ਗੱਲ ਪੈਂਦੀ ਤਾਂ ਉਹਨਾਂ ਲਈ ਔਖਾ ਹੈ, ਮੈਨੂੰ ਪਤਾ ਇਸ ਗੱਲ ਦਾ। ਜੀ ਦੇਖੋ ਰੰਧਾਵਾ ਜੀ, ਤੁਸੀਂ ਹੁਣੇ ਹੁਣੇ ਕਿਹਾ ਕਿ ਕਈ ਵਾਰ ਤੁਹਾਡੇ ਅਥਰੂ ਸੱਚੇ ਵੀ ਹੁੰਦੇ ਆ। ਬਿਲਕੁਲ ਭਾਸਕਰ ਸਾਹਿਬ, ਬਹੁਤ ਮਿਹਰਬਾਨੀ, ਬਹੁਤ ਧੰਨਵਾਦ। ਧੰਨਵਾਦ ਜੀ।